ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਸ ਪਲੈਟਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈਗਾ। ਪੋਲਿਟੀ ਦੇ ਵਿੱਚ ਆਪਾਂ ਨੇ ਐਮਰਜੈਂਸੀ ਵਾਲਾ ਚੈਪਟਰ ਡਿਸਕਸ ਕਰ ਲਿਆ ਸੀਗਾ ਤੇ ਕੱਲ ਤੁਹਾਡਾ ਟੈਸਟ ਵੀ ਮੈਂ ਲੈ ਚੁੱਕਿਆ ਐਮਰਜੈਂਸੀ ਵਾਲੇ ਚੈਪਟਰ ਦੇ ਵਿੱਚੋਂ ਤੇ ਇੰਟਰ ਸਟੇਟ ਤੇ ਸੈਂਟਰ ਸਟੇਟ ਰਿਲੇਸ਼ਨ ਵਾਲਾ ਟੌਪਿਕ ਸੀ, ਉਹਦੇ ਵਿੱਚੋਂ ਕੁਐਸਚਨ ਮੈਂ ਤੁਹਾਡੇ ਸਾਰਿਆਂ ਦੇ ਲਈ ਲੈ ਕੇ ਆਇਆ ਸੀ। ਤੇ ਅੱਜ ਜਿਹੜਾ ਆਪਾਂ ਟੌਪਿਕ ਸ਼ੁਰੂ ਕਰਨ ਲੱਗਿਆ ਉਹ ਹੈ ਜੀ ਸੁਪਰੀਮ ਕੋਰਟ। ਆਪਾਂ ਹੁਣ ਜੁਡੀਸ਼ਰੀ ਦੀ ਸ਼ੁਰੂਆਤ ਕਰਨ ਲੱਗਿਆ ਤੇ ਅੱਜ ਸੁਪਰੀਮ ਕੋਰਟ ਦਾ ਆਪਣਾ ਪਹਿਲਾ ਲੈਕਚਰ ਹੈਗਾ। ਇਹ ਮੈਂ ਤਾਂ ਸ਼ੁਰੂ ਕਰਵਾ ਰਿਹਾ ਤਾਂ ਕਿ ਦੇਖੋ ਕਈ ਸਟੂਡੈਂਟ ਦੀ ਰਿਕੁਐਸਟ ਆਈ ਸੀਗੀ ਵੀ ਸੁਪਰੀਮ ਕੋਰਟ ਇਹ ਜਿਹੜਾ ਜੁਡੀਸ਼ਰੀ ਵਾਲਾ ਟੌਪਿਕ ਹੈਗਾ ਇਹ ਪਹਿਲਾਂ ਕਵਰ ਕਰਵਾਇਆ ਜਾਵੇ। ਸੋ ਉਹਨਾਂ ਦੀ ਰਿਕੁਐਸਟ ਨੂੰ ਦੇਖਦੇ ਹੋਏ ਪਹਿਲਾਂ ਜੁਡੀਸ਼ਰੀ ਆਪਾਂ ਕਵਰ ਕਰ ਲੈਂਦੇ ਹਾਂ, ਠੀਕ ਹੈ। ਜੁਡੀਸ਼ਰੀ ਵਿੱਚ ਆਪਾਂ ਕੀ ਕਵਰ ਕਰਾਂਗੇ, ਆਪਾਂ ਸੁਪਰੀਮ ਕੋਰਟ ਪਹਿਲਾਂ ਕਵਰ ਕਰਾਂਗੇ, ਦੋ ਤਿੰਨ ਲੈਕਚਰ ਦੇ ਵਿੱਚ ਸਾਰੀ ਸੁਪਰੀਮ ਕੋਰਟ ਤੁਹਾਨੂੰ ਮੈਂ ਪੜ੍ਹਾ ਦੂੰਗਾ, ਫਿਰ ਹਾਈ ਕੋਰਟ ਡਿਸਕਸ ਕਰ ਲਾਂਗੇ ਤੇ ਫਿਰ ਫਾਈਨਲੀ ਜਿਹੜੀਆਂ ਆਪਣੇ ਲੋਅਰ ਕੋਰਟਸ ਨੇ ਯਾਨੀ ਕਿ ਸਬ ਆਰਡੀਨੇਟ ਕੋਰਟਸ ਨੇ ਉਹਨਾਂ ਬਾਰੇ ਆਪਾਂ ਚਰਚਾ ਕਰ ਲਾਂਗੇ, ਫਿਰ ਆਪਾਂ ਆਪਣਾ ਜਿਹੜਾ ਪਾਰਲੀਮੈਂਟ ਵਾਲਾ ਟੌਪਿਕ ਹੈਗਾ ਉਹ ਕਵਰ ਕਰ ਲਾਂਗੇ। ਬਸ ਹੁਣ ਤਾਂ ਥੋੜੀ ਜਿਹੀ ਪੋਲਿਟੀ ਰਹਿ ਗਈ, ਠੀਕ ਹੈ। 25% ਬਸ ਆਹ ਮਹੀਨੇ 'ਚ ਕੋਸ਼ਿਸ਼ ਹੈ ਵੀ ਪੂਰੀ ਹੋ ਜੇ, ਫਿਰ ਆਪਾਂ ਆਪਣਾ ਅਗਲਾ ਸਬਜੈਕਟ ਸ਼ੁਰੂ ਕਰਾਂਗੇ। ਤੇ ਸਾਰਿਆਂ ਨੂੰ ਬੇਨਤੀ ਹੈ ਆਪਣਾ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲਓ, ਉਹਦਾ ਲਿੰਕ ਇਹ ਦਿੱਤਾ ਹੋਇਆਗਾ, ਤੁਸੀਂ ਟੈਲੀਗ੍ਰਾਮ ਦੇ ਵਿੱਚ ਸਰਚ ਵੀ ਕਰ ਸਕਦੇ ਹੋ ਮਾਸਟਰ ਕਲਾਸਿਸ ਦੇ ਨਾਮ ਤੇ, ਤੇ ਇਸ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਐਡ ਕਰ ਦੂੰਗਾ। ਤੇ ਆਪਾਂ ਗੱਲ ਕਰੀਏ ਆਪਣੇ ਸੰਵਿਧਾਨ ਦਾ ਜਿਹੜਾ ਪਾਰਟ 5 ਹੈ, ਆਰਟੀਕਲ 52 ਤੋਂ ਲੈ ਕੇ 151 ਤੱਕ ਡੀਲ ਕਰਦੇ ਨੇ ਸੰਵਿਧਾਨ ਦੇ ਪਾਰਟ 5 ਦੇ ਨਾਲ। ਇਹਦੇ ਵਿੱਚ ਆਪਾਂ ਬੇਸਿਕਲ ਜਦੋਂ ਆਪਾਂ ਪੜ੍ਹਾਂਗੇ ਤਾਂ ਆਪਾਂ ਕੀ ਪੜ੍ਹਾਂਗੇ, ਇਹਦੇ ਵਿੱਚ ਆਪਾਂ ਸੈਂਟਰਲ ਐਡਮਿਨਿਸਟ੍ਰੇਸ਼ਨ ਆਰਟੀਕਲ 52 ਤੋਂ ਲੈ ਕੇ 78 ਤੱਕ, ਇਹਦੇ ਵਿੱਚ ਸਰਕਾਰ ਵੱਲੋਂ ਸਿੱਧੀ ਆ ਗਈ ਰਾਸ਼ਟਰਪਤੀ, ਵਾਈਸ ਪ੍ਰੈਜੀਡੈਂਟ, ਪ੍ਰਾਈਮ ਮਿਨਿਸਟਰ, ਕਾਉਂਸਿਲ ਆਫ ਮਿਨਿਸਟਰ, ਠੀਕ ਹੈ, ਅਟਾਰਨੀ ਜਨਰਲ ਆਫ ਇੰਡੀਆ, ਉਹ ਸਾਰਾ ਕੁਝ ਪਹਿਲਾਂ ਆਪਾਂ ਇਹ ਪੜ੍ਹਾਂਗੇ। ਫਿਰ ਆਪਾਂ ਪਾਰਲੀਮੈਂਟ ਦੇ ਜਿਹੜੇ ਇੰਪੋਰਟੈਂਟ ਟਰਮਸ ਨੇ, ਲੋਕ ਸਭਾ, ਰਾਜ ਸਭਾ, ਸਪੀਕਰ ਵਗੈਰਾ, ਠੀਕ ਹੈ, ਸਾਰਾ ਕੁਝ, ਆਫਿਸ ਆਫ ਪ੍ਰੋਫਿਟ, ਐਂਟੀ ਡਿਫੈਕਸ਼ਨ ਵਗੈਰਾ, ਉਹ ਸਾਰਾ ਕੁਝ ਆਪਾਂ ਪਾਰਲੀਮੈਂਟ ਦਾ ਜਿਹੜਾ ਇਹ ਪਾਰਟ ਇਹਦੇ ਵਿੱਚ ਪੜ੍ਹਾਂਗੇ। ਫਿਰ ਜੁਡੀਸ਼ਰੀ ਡਿਪਾਰਟਮੈਂਟ ਜਿਹਦੇ ਵਿੱਚ ਸੁਪਰੀਮ ਕੋਰਟ ਆ ਗਈ ਪਾਰਟ 5 ਦੇ ਵਿੱਚ, ਆਰਟੀਕਲ 24 ਤੋਂ 147 ਤੱਕ ਆਰਟੀਕਲ ਇਹ ਸੁਪਰੀਮ ਕੋਰਟ ਦੇ ਨਾਲ ਡੀਲ ਕਰਦੇ ਨੇ, ਇਹ ਆਪਾਂ ਹੁਣ ਪੜ੍ਹਾਂਗੇ, ਅੱਜ ਡਿਸਕਸ ਕਰਾਂਗੇ। ਤੇ ਰਹਿ ਗਿਆ ਜੀ ਐਂਡ ਵਾਲਾ ਜਿਹੜਾ ਪਾਰਲੀਮੈਂਟ ਦਾ ਭਾਗ ਹੈ, ਉਹ ਹੈ ਜੀ ਕੰਟਰੋਲਰ ਐਂਡ ਆਡੀਟਰ ਜਨਰਲ, 148 ਤੋਂ ਲੈ ਕੇ 151 ਆਰਟੀਕਲ ਤੱਕ ਡੀਲ ਕਰਦੇ ਨੇ। ਇਹ ਸਾਰਾ ਜਦੋਂ ਕੁਝ ਕੰਪਲੀਟ ਹੋ ਗਿਆ ਤਾਂ ਆਪਣਾ ਜਿਹੜਾ ਸੰਵਿਧਾਨ ਦਾ ਪਾਰਟ 5 ਹੈ ਉਹ ਸਮਝੋ ਜੀ ਕੰਪਲੀਟ ਹੋ ਗਿਆ। ਆਰਟੀਕਲ 152 ਤੋਂ ਲੈ ਕੇ 151 ਤੱਕ ਆਪਾਂ ਡਿਸਕਸ ਕਰ ਚੁੱਕੇ ਹੋਵਾਂਗੇ। ਫਿਰ ਉਸ ਤੋਂ ਬਾਅਦ ਜਦੋਂ ਪਾਰਲੀਮੈਂਟ ਵਾਲਾ ਟੌਪਿਕ ਆਪਣਾ ਖਤਮ ਹੋਊਗਾ, ਫਿਰ ਆਪਾਂ ਨਾਲ ਦੀ ਨਾਲ ਜਿਹੜਾ ਸਟੇਟ ਲੈਜਿਸਲੇਚਰ ਹੈਗਾ ਉਹ ਕਵਰ ਕਰ ਲਾਂਗੇ। ਸੋ ਇੱਦਾਂ ਕਰਦੇ ਆਪਾਂ ਸਟੈਪ ਬਾਏ ਸਟੈਪ ਇਸ ਸਬਜੈਕਟ ਨੂੰ ਕੰਪਲੀਟ ਕਰਨਾ। ਸੋ ਆਓ ਪਹਿਲਾਂ ਆਪਾਂ ਜਿਹੜਾ ਆਪਣਾ ਅੱਜ ਦਾ ਇਹ ਟੌਪਿਕ ਹੈ ਸੁਪਰੀਮ ਕੋਰਟ, ਇਹਨੂੰ ਸ਼ੁਰੂ ਕਰੀਏ। ਅੱਜ ਦੇ ਇਸ ਲੈਕਚਰ ਦੇ ਵਿੱਚ ਬੇਸਿਕਲੀ ਆਪਾਂ ਕੁਝ ਕੁ ਬੇਸਿਕ ਟਰਮਸ, ਜੱਜਸ ਦੀ ਅਪੁਆਇੰਟਮੈਂਟ, ਉਹਨਾਂ ਦੀ ਟੈਨਿਓਰ, ਠੀਕ ਹੈ, ਉਹਨਾਂ ਦੀ ਸੈਲਰੀਜ਼ ਵਗੈਰਾ, ਉਹਨਾਂ ਦੇ ਰਿਮੂਵਲ, ਉਹਨਾਂ ਦੀ ਅਪੁਆਇੰਟਮੈਂਟ, ਐਕਟਿੰਗ ਜੱਜ, ਐਡਹੋਕ ਜੱਜਸ, ਇਹ ਸਾਰਾ ਕੁਝ ਕੀ ਹੁੰਦਾ, ਇਹ ਟਰਮਾਂ ਇੰਪੋਰਟੈਂਟ ਟਰਮਸ ਨੇ ਜਿਹੜੀਆਂ, ਇਹ ਆਪਾਂ ਅੱਜ ਡਿਸਕਸ ਕਰਾਂਗੇ। ਕੱਲ ਇੱਕ ਲੈਕਚਰ ਹੋਰ ਹੋਊਗਾ ਤੁਹਾਡੇ ਕੋਲ, ਉਹਦੇ ਵਿੱਚ ਸਪੈਸ਼ਲੀ ਇਹ ਦੱਸਿਆ ਹੈ ਵੀ ਜਿਹੜਾ ਸੁਪਰੀਮ ਕੋਰਟ ਦਾ ਚੀਫ ਜਸਟਿਸ ਆਪਣੇ ਦੇਸ਼ ਦਾ ਚੀਫ ਜਸਟਿਸ ਆਫ ਇੰਡੀਆ, ਉਹਨੂੰ ਕਿਵੇਂ ਅਪੁਆਇੰਟ ਕੀਤਾ ਜਾਂਦਾ। ਤੇ ਅਗਲੇ ਲੈਕਚਰ ਦੇ ਵਿੱਚ ਜਿਹੜਾ ਆਊਗਾ ਉਸ ਤੋਂ ਨੈਕਸਟ ਲੈਕਚਰ, ਉਹਦੇ ਵਿੱਚ ਆਪਾਂ ਸੁਪਰੀਮ ਕੋਰਟ ਦੀ ਜਿਹੜੀ ਜੁਡੀਸ਼ਰੀ ਜਿਹੜੀ ਕੰਮ ਕਰਦੀ ਹੈਗੀ, ਠੀਕ ਹੈ, ਕਿੱਥੇ ਕਿੱਥੇ ਤੱਕ ਸੁਪਰੀਮ ਕੋਰਟ ਦਾ ਦਾਇਰਾ ਹੈਗਾ, ਸੁਪਰੀਮ ਕੋਰਟ ਦੀ ਜਿਹੜੀ ਇੰਡੀਪੈਂਡੈਂਸ ਹੈ, ਸਾਰਾ ਕੁਝ ਆਪਾਂ ਅਗਲੇ ਲੈਕਚਰ ਵਿੱਚ ਡਿਸਕਸ ਕਰਕੇ ਇਹ ਚੈਪਟਰ ਨੂੰ ਸਮਾਪਤ ਕਰ ਦਾਂਗੇ। ਸੋ ਆਓ ਇਹ ਚੈਪਟਰ ਨੂੰ ਸ਼ੁਰੂ ਕਰੀਏ। ਤਾਂ ਦੇਖੋ ਜਿਹੜਾ ਆਪਣਾ ਸੰਵਿਧਾਨ ਹੈ ਇਹਨੇ ਸਟੈਬਲਿਸ਼ ਕੀਤਾ ਹੈ ਇੱਕ ਇੰਟੀਗ੍ਰੇਟਿਡ ਜੁਡੀਸ਼ਰੀ ਸਿਸਟਮ, ਯਾਨੀ ਕਿ ਲੋਅਰ ਕੋਰਟ ਤੋਂ ਲੈ ਕੇ ਹਾਇਰ ਕੋਰਟ ਤੱਕ ਸਾਰੀ ਜੁਡੀਸ਼ਰੀ ਆਪਸ ਦੇ ਵਿੱਚ ਜੁੜੀ ਹੋਈ ਹੈ, ਠੀਕ ਹੈ। ਠੀਕ ਹੈ, ਆਪਾਂ ਇਹ ਨਹੀਂ ਹੈਗਾ ਅਮੈਰੀਕਾ ਦੇ ਸੰਵਿਧਾਨ ਦੇ ਵਿੱਚ ਜਿਵੇਂ ਉੱਥੇ ਜਿਹੜੀਆਂ ਅਮੈਰੀਕਾ ਦੇ ਸਟੇਟਾਂ ਨੇ ਉਹਨਾਂ ਵਿੱਚ ਅਲੱਗ ਸੁਪਰੀਮ ਕੋਰਟ ਹੈ, ਉਦਾਂ ਸਾਰੇ ਜਿਹੜੀ ਦੇਸ਼ ਦੀ ਉਹ ਅਲੱਗ ਸੁਪਰੀਮ ਕੋਰਟ ਹੈ। ਸਟੇਟਾਂ ਦੇ ਜਿਹੜੇ ਆਪਣੇ ਲਾਜ਼ ਨੇ, ਹਰੇਕ ਸਟੇਟ ਦੇ ਅੱਡ ਨੇ, ਉਹਨਾਂ ਦੀ ਸਟੇਟ ਜੁਡੀਸ਼ਰੀ ਅੱਡ ਡੀਲ ਕਰਦੀ ਹੈ ਉਹਨਾਂ ਨੂੰ ਇਨਫੋਰਸ ਕਰਾਉਣ ਦੇ ਲਈ, ਤੇ ਉਦਾਂ ਜਿਹੜੀ ਫੈਡਰਲ ਜੁਡੀਸ਼ਰੀ ਹੈ ਉਹ ਫੈਡਰਲ ਲਾਜ਼ ਨੂੰ ਇਨਫੋਰਸ ਕਰਨ ਦੇ ਲਈ ਅਲੱਗ ਤੋਂ ਕੰਮ ਕਰਦੀ ਹੈ। ਬਟ ਆਪਣੇ ਭਾਰਤ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੈਗਾ, ਆਪਣੇ ਵਿੱਚ ਆਪਣੇ ਇੰਡੀਆ ਦੇ ਵਿੱਚ ਇੱਕ ਯੂਨੀਫਾਈਡ ਜੁਡੀਸ਼ਰੀ ਸਿਸਟਮ ਹੈਗਾ ਜੋ ਕਿ ਇੱਕ ਸਿਸਟਮ, ਵਨ ਸਿਸਟਮ ਆਫ ਫੰਡਾਮੈਂਟਲ ਲਾਅ ਐਂਡ ਜਸਟਿਸ ਦੇ ਵਿੱਚ ਵਿਸ਼ਵਾਸ ਕਰਦਾ, ਏਦਾਂ ਕੰਮ ਕਰਦਾ। ਸੋ ਇੰਟੀਗ੍ਰੇਟਿਡ ਤੇ ਇੰਡੀਪੈਂਡੈਂਟ ਜੁਡੀਸ਼ਰੀ ਹੈਗੀ ਆਪਣੇ ਭਾਰਤ ਦੀ, ਸਾਰੀਆਂ ਕੋਰਟਾਂ ਆਪਸ ਦੇ ਵਿੱਚ ਇੰਟੀਗ੍ਰੇਟ ਹੋਈਆਂ ਨੇ। ਸਭ ਤੋਂ ਉੱਪਰ ਕਿਹੜੀ ਹੈ ਆਪਣੀ ਹਾਇਰਾਰਕੀ ਦੇ ਵਿੱਚ, ਸਭ ਤੋਂ ਉੱਪਰ ਭਾਰਤ ਦੀ ਕੋਰਟ ਕਿਹੜੀ ਹੈ, ਸੁਪਰੀਮ ਕੋਰਟ, ਫਿਰ ਨੀਚੇ ਹਾਈ ਕੋਰਟ, ਫਿਰ ਹਾਈ ਕੋਰਟ ਦੇ ਨੀਚੇ ਕਿਹੜੀਆਂ ਨੇ ਸਬੋਰਡੀਨੇਟ ਕੋਰਟਸ ਜਿਹਨਾਂ ਨੂੰ ਆਪਾਂ ਡਿਸਟ੍ਰਿਕਟ ਕੋਰਟਸ ਕਹਿ ਦੇਣਾ, ਤੇ ਡਿਸਟ੍ਰਿਕਟ ਕੋਰਟ ਤੋਂ ਨੀਚੇ ਵੀ ਹੋਰ ਲੋਅਰ ਕੋਰਟਸ ਆ ਜਾਂਦੇ ਨੇ, ਮੈਜਿਸਟ੍ਰੇਟ ਆ ਜਾਂਦੇ ਨੇ, ਠੀਕ ਹੈ। ਇਹ ਸਾਰੇ ਆਪਸ ਦੇ ਵਿੱਚ ਟੌਪ ਤੱਕ ਲਿੰਕ ਨੇ ਗੇ, ਇੱਥੇ ਤਾਂ ਗੱਲ ਹੋ ਗਈ ਕਲੀਅਰ। ਤੇ ਇਹ ਨਹੀਂ ਹੈਗਾ ਵੀ ਸੁਪਰੀਮ ਕੋਰਟ ਦੇ ਅਲੱਗ ਕਾਨੂੰਨ ਚੱਲਦੇ ਨੇ, ਹਾਈ ਕੋਰਟ ਦੇ ਅਲੱਗ ਕਾਨੂੰਨ ਚੱਲਦੇ ਨੇ, ਠੀਕ ਹੈ। ਇਸ ਇਹ ਨਹੀਂ ਹੈਗਾ ਵੀ ਸੁਪਰੀਮ ਕੋਰਟ ਸਿਰਫ ਇਕੱਲੇ ਭਾਰਤ ਦੇ ਉੱਪਰ ਜਿਹੜੇ ਨੈਸ਼ਨਲ ਇੰਪੋਰਟੈਂਟ ਮੈਟਰ ਨੇ ਉਹਨਾਂ ਦੇ ਉੱਪਰ ਹੀ ਆਪਦਾ ਦਊਗੀ, ਠੀਕ ਹੈ। ਹਾਈ ਕੋਰਟ ਦਾ ਅਲੱਗ ਦਾਇਰਾ, ਇਹ ਸਾਰਾ ਕੁਝ, ਠੀਕ ਹੈ। ਆਪਣੇ ਇਹ ਸਿਸਟਮ ਅਮੈਰੀਕਾ ਵਾਲਾ ਸਿਸਟਮ ਨਹੀਂ ਹੈਗਾ, ਆਪਣੇ ਐਡਾ ਸੁਪਰੀਮ ਕੋਰਟ
ਹੁਣ ਕੁਝ ਕੁ ਬੇਸਿਕ ਫੈਕਟਸ ਪੜ੍ਹਦੇ ਆਪਾਂ ਤਾਂ ਦੇਖੋ ਸੁਪਰੀਮ ਕੋਰਟ ਸਭ ਤੋਂ ਪਹਿਲੀ ਵਾਰ ਕਦੋਂ ਬਣਾਏਗੀ ਤਾਂ ਦੇਖੋ ਜਦੋਂ ਮੈਂ ਤੁਹਾਨੂੰ ਐਕਟਸ ਬਾਰੇ ਪੜ੍ਹਾਇਆ ਸੀਗਾ ਅੰਗਰੇਜ਼ ਕਿਹੜੇ ਕਿਹੜੇ ਕੋਨਸਟੀਟਿਊਸ਼ਨ ਇਤਿਹਾਸ ਲੈ ਕੇ ਆਏ ਭਾਰਤ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਜਿਹੜਾ ਐਕਟ ਇਹ ਲੈ ਕੇ ਆਇਆ ਸੀ ਉਹ ਸੀਗਾ ਰੈਗੂਲੇਟਿੰਗ ਐਕਟ ਆਫ 1773 ਇਹ ਐਕਟ ਲਿਆਂਦਾ ਗਿਆ ਸੀਗਾ ਜਿਹੜੇ ਈਸਟ ਇੰਡੀਆ ਕੰਪਨੀ ਦੇ ਅਫੇਅਰਸ ਨੇ ਉਹਨਾਂ ਨੂੰ ਰੈਗੂਲੇਟ ਕਰਨ ਦੇ ਲਈ ਇਹ ਐਕਟ ਲਿਆਂਦਾ ਗਿਆ ਸੀਗਾ ਕਰਪਸ਼ਨ ਕਾਫੀ ਜ਼ਿਆਦਾ ਹੋ ਰਹੀ ਸੀ ਧਾਂਦਲੇਬਾਜ਼ੀ ਨੂੰ ਰੋਕਣ ਦੇ ਲਈ ਸਭ ਤੋਂ ਪਹਿਲਾ ਸਟੈਪ ਚੱਕਿਆ ਗਿਆ ਸੀਗਾ ਬ੍ਰਿਟਿਸ਼ ਹਕੂਮਤ ਦੁਆਰਾ ਇਸ ਐਕਟ ਨੂੰ ਲਿਆ ਕੇ ਇਸ ਐਕਟ ਦੇ ਤਹਿਤ ਪਹਿਲੀ ਵਾਰ ਸੁਪਰੀਮ ਕੋਰਟ ਅਸਟੈਬਲਿਸ਼ ਕੀਤੀ ਗਈ ਕਿੱਥੇ ਕਲਕੱਤਾ ਦਾ ਜਿਹੜਾ ਫੋਰਟ ਵਿਲੀਅਮ ਹੈਗਾ ਉੱਥੇ ਤੇ 1774 ਵਿੱਚ ਇਹ ਸੁਪਰੀਮ ਕੋਰਟ ਅਸਟੈਬਲਿਸ਼ ਸਥਾਪਿਤ ਕਰਤੀ ਸੀ ਅੱਛਾ ਬਾਅਦ ਦੇ ਵਿੱਚ ਇੱਕ ਹੋਰ ਐਕਟ ਆ ਗਿਆ ਆਉਂਦੇ ਆਉਂਦੇ ਜਦੋਂ ਸਮਾਂ ਲੰਘਦਾ ਗਿਆ ਗੌਰਮੈਂਟ ਆਫ ਇੰਡੀਆ ਐਕਟ 1935 ਆਇਆ ਉਸ ਐਕਟ ਨੇ ਕੀ ਕੀਤਾ ਜਿਹੜੀ ਇਹ ਸੁਪਰੀਮ ਕੋਰਟ ਸੀ ਇਹਨੂੰ ਫੈਡਰਲ ਕੋਰਟ ਦੇ ਨਾਲ ਰਿਪਲੇਸ ਕਰਤਾ ਤੇ ਜਿਹੜੀ ਇਹ ਫੈਡਰਲ ਕੋਰਟ ਸੀਗੀ ਭਾਰਤ ਦੀ ਇਹ ਬਣੀ ਕਦੋਂ ਜਾ ਕੇ ਕਦੋਂ ਅਸਟੈਬਲਿਸ਼ ਹੋਈ ਇਹ ਅਸਟੈਬਲਿਸ਼ ਹੋਈ 1937 ਦੇ ਵਿੱਚ ਇਹਦੇ ਵਿੱਚ ਇੱਕ ਚੀਫ ਜਸਟਿਸ ਸੀਗਾ ਜੋ ਕਿ ਉਸ ਸਮੇਂ ਦੇ ਸਰ ਮੋਰਿਸ ਗੋਇਰ ਚੀਫ ਜਸਟਿਸ ਸੀਗੇ ਪਹਿਲੇ ਚੀਫ ਜਸਟਿਸ ਸੀਗੇ ਫੈਡਰਲ ਕੋਰਟ ਦੇ ਤੇ 6 ਜੱਜਿਸ ਸੀਗੇ ਉਸ ਸਮੇਂ ਆਪਣੇ ਦੇਸ਼ ਦੀ ਫੈਡਰਲ ਕੋਰਟ ਦੇ ਵਿੱਚ ਫਿਰ ਜਦੋਂ ਦੇਸ਼ ਆਜ਼ਾਦ ਹੋ ਗਿਆ ਪਹਿਲੀ ਵਾਰ ਸੁਪਰੀਮ ਕੋਰਟ ਇੰਡੀਪੈਂਡੈਂਟ ਇੰਡੀਆ ਦੀ ਜਿਹੜੀ ਇਨੈਗੁਰੇਟ ਕੀਤੀ ਗਈ ਸੀ ਉਹ ਕੀਤੀ ਗਈ ਸੀ 28 ਜਨਵਰੀ 1950 ਨੂੰ ਤੇ ਪਹਿਲੇ ਚੀਫ ਜਸਟਿਸ ਕੌਣ ਸੀਗੇ ਭਾਰਤ ਦੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋਗੇ ਤੇ ਇਸ ਕੋਰਟ ਨੇ ਫਿਰ ਜਿਹੜੀ ਫੈਡਰਲ ਕੋਰਟ ਸਥਾਪਿਤ ਕੀਤੀ ਗਈ ਸੀ ਗੌਰਮੈਂਟ ਆਫ ਇੰਡੀਆ 1935 ਦੁਆਰਾ ਉਹਨੂੰ ਰਿਪਲੇਸ ਕਰਤਾ ਸੀ ਤੇ ਆਰਟੀਕਲ 24 ਤੋਂ ਲੈ ਕੇ 147 ਤੱਕ ਆਪਣੇ ਸੰਵਿਧਾਨ ਦੇ ਪਾਰਟ 5 ਦੇ ਵਿੱਚ ਜਿਹੜੇ ਇਹ ਆਰਟੀਕਲ ਦਿੱਤੇ ਹੋਏ ਨੇ ਇਹ ਸੁਪਰੀਮ ਕੋਰਟ ਦੇ ਨਾਲ ਡੀਲ ਕਰਦੇ ਨੇ ਆਪਾਂ ਇਹਨਾਂ ਆਰਟੀਕਲ ਦੇ ਉੱਪਰ ਇੱਕ ਵਾਰ ਗੋ ਥਰੂ ਹੋ ਜਾਣਾ ਸੋ ਆਹ ਕੱਲੇ ਕੱਲੇ ਆਰਟੀਕਲਸ ਨੇ 124 ਤੋਂ ਲੈ ਕੇ 147 ਆਰਟੀਕਲ ਤੱਕ ਇਸ ਚੈਪਟਰ ਵਿੱਚ ਆਪਾਂ ਆਲਮੋਸਟ ਸਾਰੇ ਆਰਟੀਕਲਸ ਪੜ੍ਹ ਲਾਂਗੇ ਠੀਕ ਹੈ ਕਈ ਆਰਟੀਕਲਸ ਇਗਜ਼ਾਮ ਪੁਆਇੰਟ ਆਫ ਵਿਊ ਦੇ ਲਈ ਇੰਪੋਰਟੈਂਟ ਨਹੀਂ ਹੈਗੇ ਬਟ ਤੁਹਾਡੇ ਸਾਰਿਆਂ ਦੇ ਲਈ ਇਹ ਹਦਾਇਤ ਹੈ ਇਹ 124 ਤੋਂ ਲੈ ਕੇ 147 ਤੱਕ ਜਿਹੜੇ ਆਰਟੀਕਲਸ ਨੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਗੱਲ ਕਿਹੜੇ ਆਰਟੀਕਲ ਦੇ ਵਿੱਚ ਲਿਖੀ ਹੋਈ ਹੈ ਕਈ ਵਾਰ ਛੋਟਾ ਕੁਐਸਚਨ ਸਿੱਧਾ ਇੱਥੋਂ ਬਣ ਜਾਂਦਾ ਜਿਵੇਂ ਕਿ ਆਰਟੀਕਲ 124 ਦੇ ਵਿੱਚ ਸੁਪਰੀਮ ਕੋਰਟ ਦੀ ਅਸਟੈਬਲਿਸ਼ਮੈਂਟ ਤੇ ਉਹਦੇ ਕੋਨਸਟੀਟਿਊਸ਼ਨ ਬਾਰੇ ਦੱਸਿਆ ਹੈ 124 ਇਹਦੇ ਵਿੱਚ ਨੈਸ਼ਨਲ ਜੁਡੀਸ਼ੀਅਲ ਅਪਾਇੰਟਮੈਂਟ ਕਮਿਸ਼ਨ ਬਾਰੇ ਦੱਸਿਆ ਹੈ ਜੋ ਕਿ ਹੁਣ ਖਤਮ ਕਰ ਦਿੱਤਾ ਗਿਆ 125 ਆਰਟੀਕਲ ਦੇ ਵਿੱਚ ਜੱਜਿਸ ਦੀਆਂ ਸੈਲਰੀਜ਼ ਪ੍ਰੀਵਿਲੇਜਿਸ ਅਲਾਉਂਸ ਬਾਰੇ ਦੱਸਿਆ ਹੈ 126 ਦੇ ਵਿੱਚ ਐਕਟਿੰਗ ਚੀਫ ਜਸਟਿਸ ਬਾਰੇ ਦੱਸਿਆ ਹੈ ਹੁਣ ਬੜੀ ਹੀ ਇੰਟਰਸਟਿੰਗ ਗੱਲ ਹੈ ਸੁਣੋ ਧਿਆਨ ਦੇਣਾ ਜਿਹੜਾ ਆਪਣੇ ਭਾਰਤ ਦਾ ਮੁੱਖ ਨਿਆਇਧੀਸ਼ ਹੈਗਾ ਜਿਹਨੂੰ ਆਪਾਂ ਚੀਫ ਜਸਟਿਸ ਆਫ ਇੰਡੀਆ ਕਹਿ ਦਿੰਦੇ ਹਾਂ ਉਹਦੀ ਅਪੁਆਇੰਟਮੈਂਟ ਬਾਰੇ ਆਪਣੇ ਸੰਵਿਧਾਨ ਦੇ ਵਿੱਚ ਕਿਤੇ ਵੀ ਜ਼ਿਕਰ ਨਹੀਂ ਕੀਤਾ ਹੋਇਆ ਬੜੀ ਇੰਟਰਸਟਿੰਗ ਗੱਲ ਹੈ ਠੀਕ ਹੈ ਤੁਹਾਡੇ ਜੋ ਕਈ ਬੱਚਿਆਂ ਨੇ ਗੱਲ ਪਤਾ ਹੀ ਨਹੀਂ ਹੋਣੀ ਵੀ ਦੇਸ਼ ਦਾ ਜਿਹੜਾ ਚੀਫ ਜਸਟਿਸ ਹੈ ਉਹਦੀ ਅਪੁਆਇੰਟਮੈਂਟ ਕਿਵੇਂ ਕਰਨੀ ਹੈ ਕਿ ਉਹਦਾ ਪ੍ਰੋਸੀਜਰ ਸੰਵਿਧਾਨ ਦੇ ਵਿੱਚ ਕਿਤੇ ਦਿੱਤਾ ਹੈ ਤਾਂ ਬਿਲਕੁਲ ਵੀ ਨਹੀਂ ਸੋ ਉਹ ਵੀਡੀਓ ਤੁਹਾਡੇ ਸਾਰਿਆਂ ਤੱਕ ਕੱਲ੍ਹ ਨੂੰ ਆਊਗੀ ਵੈਸੇ ਤਾਂ ਮੈਂ ਵੀਡੀਓ ਬਣਾ ਚੁੱਕਿਆ ਤੇ ਉਹੀ ਬਣੀ ਹੋਈ ਵੀਡੀਓ ਹੀ ਤੁਹਾਡੇ ਤੱਕ ਡਿਲੀਵਰ ਕਰੂੰਗਾ ਬਟ ਤੁਹਾਨੂੰ ਅੱਜ ਨਹੀਂ ਦੇਖਣੀ ਅੱਜ ਸਿਰਫ ਇਹ ਵੀਡੀਓ ਦੇਖੋ ਕੱਲ੍ਹ ਨੂੰ ਉਹ ਵਾਲੀ ਵੀਡੀਓ ਮੈਂ ਪੋਲਿਟੀ ਦੀ ਪਲੇਲਿਸਟ ਦੇ ਵਿੱਚ ਐਡ ਕਰ ਦੂੰਗਾ ਜਿਹਦੇ ਵਿੱਚ ਮੈਂ ਦੱਸਿਆ ਹੈ ਭਾਰਤ ਦਾ ਜਿਹੜਾ ਚੀਫ ਜਸਟਿਸ ਹੈਗਾ ਉਹਨੂੰ ਕਿਵੇਂ ਅਪੁਆਇੰਟ ਕੀਤਾ ਜਾਂਦਾ ਹੈ ਦੇਖੋ ਇਹੀ ਮਾੜੀ ਮਾੜੀ ਝਕਾਨੀ ਹੁੰਦੀ ਨੇ ਜਿਹੜੀ ਪੇਪਰ ਦੇ ਵਿੱਚ ਲੈ ਕੇ ਬਹਿ ਦਿੰਦੇ ਨੇ ਚੀਫ ਜਸਟਿਸ ਨੂੰ ਅਪੁਆਇੰਟ ਕਰਨ ਦਾ ਤਰੀਕਾ ਸੰਵਿਧਾਨ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੈ ਐਕਟਿੰਗ ਚੀਫ ਜਸਟਿਸ ਇਹਦਾ ਨੇੜਲਾ ਸ਼ਬਦ ਹੈਗਾ ਇਹਦੀ ਅਪੁਆਇੰਟਮੈਂਟ ਬਾਰੇ ਸੰਵਿਧਾਨ ਦੇ ਵਿੱਚ ਗੱਲ ਕੀਤੀ ਹੋਈ ਹੈ ਕਿਹੜੇ ਆਰਟੀਕਲ ਦੇ ਵਿੱਚ ਆਰਟੀਕਲ 126 ਦੇ ਵਿੱਚ ਸੋ ਧਿਆਨ ਰੱਖਿਆ ਕਰੋ ਕੱਲੀ ਕੱਲੀ ਗੱਲ ਫਿਰ 127 ਆਰਟੀਕਲ ਦੇ ਵਿੱਚ ਜਿਹੜੇ ਐਡਹੋਕ ਜੱਜਿਸ ਹੁੰਦੇ ਨੇ ਇਹਨਾਂ ਦੀ ਅਪੁਆਇੰਟਮੈਂਟ ਬਾਰੇ ਗੱਲ ਕੀਤੀ ਹੋਈ ਹੈ 129 ਆਰਟੀਕਲ ਬਹੁਤ ਇੰਪੋਰਟੈਂਟ ਹੈ ਇਹਦੇ ਵਿੱਚ ਸੁਪਰੀਮ ਕੋਰਟ ਨੂੰ ਐਜ਼ ਅ ਕੋਰਟ ਆਫ ਰਿਕਾਰਡ ਦੱਸਿਆ ਹੋਇਆ 130 ਆਰਟੀਕਲ ਦੇ ਵਿੱਚ ਸੁਪਰੀਮ ਕੋਰਟ ਦੇ ਸੀਟ ਬਾਰੇ ਦੱਸਿਆ ਹੈ 131 ਆਰਟੀਕਲ ਸੁਪਰ ਇੰਪੋਰਟੈਂਟ ਐਗਜ਼ਾਮ ਪੁਆਇੰਟ ਆਫ ਵਿਊ ਦੇ ਲਈ ਆਪਾਂ ਡਿਸਕਸ ਵੀ ਕਰਾਂਗੇ ਆਉਣ ਵਾਲੇ ਲੈਕਚਰ ਦੇ ਵਿੱਚ ਇਹਦੇ ਵਿੱਚ ਸੁਪਰੀਮ ਕੋਰਟ ਦੀ ਓਰੀਜਨਲ ਜੁਰੀਡਿਕਸ਼ਨ ਬਾਰੇ ਦੱਸਿਆ ਹੈ 132 ਆਰਟੀਕਲ ਦੇ ਵਿੱਚ ਐਪੀਲੇਟ ਜੁਰੀਡਿਕਸ਼ਨ ਇਹ ਜਿਹੜੇ ਟਰਮ ਆਪਾਂ ਸੁਣ ਰਹੇ ਹਾਂ ਇਹ ਆਪਾਂ ਆਉਣ ਵਾਲੇ ਲੈਕਚਰ ਵਿੱਚ ਪੜ੍ਹਾਂਗੇ ਓਰੀਜਨਲ ਜੁਰੀਡਿਕਸ਼ਨ ਕੀ ਹੁੰਦੀ ਹੈ ਐਕਸਕਲੂਸਿਵ ਜੁਰੀਡਿਕਸ਼ਨ ਕੀ ਹੁੰਦੀ ਹੈ ਐਪੀਲੇਟ ਜੁਰੀਡਿਕਸ਼ਨ ਕੀ ਹੁੰਦੀ ਹੈ ਸੁਪਰੀਮ ਕੋਰਟ ਦੀ ਸਾਰਾ ਕੁਝ ਮੈਂ ਤੁਹਾਨੂੰ ਸਮਝਾਉਂਗਾ ਫਿਰ 136 ਆਰਟੀਕਲ ਬਹੁਤ ਇੰਪੋਰਟੈਂਟ ਹੈ ਅਪੀਲ ਬਾਈ ਸਪੈਸ਼ਲ ਲੀਵ ਸੁਪਰੀਮ ਕੋਰਟ 137 ਆਰਟੀਕਲ ਬਹੁਤ ਇੰਪੋਰਟੈਂਟ ਹੈ ਸੁਪਰੀਮ ਕੋਰਟ ਦੁਆਰਾ ਖੁਦ ਦੇ ਹੀ ਜਿਹੜੇ ਜੱਜਮੈਂਟਸ ਨੇ ਉਹਦਾ ਰਿਵਿਊ ਕੀਤਾ ਜਾ ਸਕਦਾ ਹੈਗਾ ਠੀਕ ਹੈ ਅੱਗੇ ਸਾਰੇ ਆਰਟੀਕਲਸ ਇੰਪੋਰਟੈਂਟ 142 ਆਰਟੀਕਲ 141 ਆਰਟੀਕਲ ਸਾਰੇ ਇੰਪੋਰਟੈਂਟ ਨੇ 143 ਆਰਟੀਕਲ ਸੁਪਰ ਇੰਪੋਰਟੈਂਟ ਹੈ ਇਹਦੇ ਵਿੱਚ ਦੇਸ਼ ਦਾ ਰਾਸ਼ਟਰਪਤੀ ਸੁਪਰੀਮ ਕੋਰਟ ਨੂੰ ਸਲਾਹ ਲੈ ਸਕਦਾ ਜਿਹਨੂੰ ਆਪਾਂ ਐਡਵਾਈਜ਼ਰੀ ਜੁਰੀਡਿਕਸ਼ਨ ਕਹਿੰਦੇ ਸੁਪਰੀਮ ਕੋਰਟ ਦੀ ਇਹਨੂੰ ਵੀ ਆਪਾਂ ਡਿਸਕਸ ਕਰਾਂਗੇ ਠੀਕ ਹੈ ਵਿਦ ਐਗਜ਼ਾਮਪਲਸ ਫਿਰ ਇਹ ਸਾਰੇ ਕਰਦੇ ਕਰਦੇ 147 ਆਰਟੀਕਲ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਕਿਹੜੇ ਆਰਟੀਕਲ ਦੇ ਵਿੱਚ ਕੀ ਹੈ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਣੀ ਜਿਹੜੀ ਸੁਪਰੀਮ ਕੋਰਟ ਹੈ ਭਾਰਤ ਦੀ ਉਹਦੇ ਵਿੱਚ ਇਸ ਸਮੇਂ ਕਿੰਨੇ ਜੱਜ ਨੇਗੇ ਸੋ ਇੰਪੋਰਟੈਂਟ ਗੱਲ ਹੈ ਕੱਲਾ ਕੱਲਾ ਸ਼ਬਦ ਜਿਹੜਾ ਬੋਲੂੰਗਾ ਇਹ ਪੇਪਰ ਦੇ ਵਿੱਚ ਪੁੱਛਿਆ ਜਾਣ ਵਾਲਾ ਕੁਐਸਚਨ ਹੈ ਧਿਆਨ ਨਾਲ ਸੁਣੋ ਸੋ ਐਟ ਪ੍ਰੈਜੈਂਟ ਆਪਣੀ ਸੁਪਰੀਮ ਕੋਰਟ ਦੇ ਵਿੱਚ 34 ਜੱਜ ਨੇ ਪਿੱਛੇ ਜੇ ਹੀ ਇਨਕਰੀਜ਼ ਕੀਤੇ ਨੇ ਇਹਦੇ ਵਿੱਚ ਇੱਕ ਚੀਫ ਜਸਟਿਸ ਤੇ 33 ਜੱਜ ਨੇਗੇ ਠੀਕ ਹੈ ਚਾਰ ਜੱਜਿਸ ਪਿੱਛੇ ਜੇ ਹੀ ਸੁਪਰੀਮ ਕੋਰਟ ਦੇ ਵਿੱਚ ਆਏ ਸੀ ਜਿਹਦੇ ਵਿੱਚੋਂ ਆਪਣੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਿਹੜੇ ਚੀਫ ਜਸਟਿਸ ਸੀਗੇ ਜਸਟਿਸ ਕ੍ਰਿਸ਼ਨ ਮੁਰਾਰੀ
ਉਹ ਸੁਪਰੀਮ ਕੋਰਟ ਦੇ ਵਿੱਚ ਜੱਜ ਅਪੁਆਇੰਟ ਹੋ ਗਏ ਸੀਗੇ। ਸੋ ਹੁਣ ਪੰਜਾਬ ਐਂਡ ਹਰਿਆਣਾ ਕਾਈ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਕੌਣ ਹੈ ਜਾਂ ਐਕਟਿੰਗ ਚੀਫ ਜਸਟਿਸ ਕੌਣ ਹੈ ਤੁਸੀਂ ਦੱਸ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ। ਸੋ ਆਹ ਚਾਰ ਜੱਜਿਸ ਪਿੱਛੇ ਜੇ ਅਪੁਆਇੰਟ ਹੋਏ ਨੇ ਸੁਪਰੀਮ ਕੋਰਟ ਦੇ ਵਿੱਚ, ਜਿਵੇਂ ਕਿ ਜਸਟਿਸ ਕ੍ਰਿਸ਼ਨ ਮੁਰਾਰੀ, ਐਸ ਆਰ ਭੱਟ, ਵੀ ਰਾਮਾ ਸੁਬਰਮਨੀਅਮ ਸੁਬਰਾਮਨੀਅਮ ਤੇ ਐਚ ਰਿਸ਼ੀਕੇਸ਼ ਰੋਏ। ਠੀਕ ਹੈ, ਇਹ ਚਾਰ ਜੱਜ ਸੁਪਰੀਮ ਕੋਰਟ ਦੇ ਵਿੱਚ ਪ੍ਰਮੋਟ ਹੋਏ ਸੀਗੇ, ਐਲੀਵੇਟ ਹੋਏ ਸੀਗੇ। ਸੋ ਇਸ ਸਮੇਂ ਸੁਪਰੀਮ ਕੋਰਟ ਦੇ ਵਿੱਚ ਜੱਜਿਸ ਦੀ ਗਿਣਤੀ ਹੈਗੀ 34, ਇੰਕਲੂਡਿੰਗ ਵਨ ਚੀਫ ਜਸਟਿਸ ਆਫ ਇੰਡੀਆ। ਇਹ ਹੁਣ ਇੱਥੇ ਪੇਪਰ ਵਿੱਚ ਬਹੁਤ ਇੰਪੋਰਟੈਂਟ ਕੁਸਚਨ ਹੁੰਦਾ ਹੈ ਵੀ ਕਿਹੜੇ ਸਮੇਂ ਸੁਪਰੀਮ ਕੋਰਟ ਦੇ ਵਿੱਚ ਜੱਜਿਸ ਦੀ ਗਿਣਤੀ ਕਿੰਨੀ ਸੀ, ਕਿਹੜੇ ਸਮੇਂ ਕਿੰਨੀ ਸੀ, ਇਹ ਯਾਦ ਰੱਖਿਓ। ਤਾਂ ਦੇਖੋ ਇਸ ਤੋਂ ਪਹਿਲਾਂ 31 ਜੱਜ ਹੁੰਦੇ ਸੀਗੇ ਸੁਪਰੀਮ ਕੋਰਟ ਦੇ ਵਿੱਚ ਇੰਕਲੂਡਿੰਗ ਦਾ ਚੀਫ ਜਸਟਿਸ, ਯਾਨੀ ਕਿ 30 ਜੱਜ ਇੱਕ ਚੀਫ ਜਸਟਿਸ। ਠੀਕ ਹੈ, ਤੇ ਇਹਦੇ ਲਈ ਪਾਰਲੀਮੈਂਟ ਫਿਰ ਐਕਟ ਲੈ ਕੇ ਆਈ ਸੀਗੀ ਸੁਪਰੀਮ ਕੋਰਟ ਨੰਬਰ ਆਫ ਜੱਜਿਸ ਅਮੈਂਡਮੈਂਟ ਐਕਟ 2008। ਇਸ ਐਕਟ ਨੇ ਫਿਰ ਸੁਪਰੀਮ ਕੋਰਟ ਦੇ ਜਿਹੜੇ ਜੱਜਿਸ ਦੀ ਗਿਣਤੀ 2009 ਤੱਕ 26 ਸੀਗੀ ਉਹ ਵਧਾ ਕੇ 31 ਕਰਤੀ। ਸੋ ਇੱਥੋਂ ਇੱਕ ਗੱਲ ਆਪਾਂ ਨੂੰ ਵੀ ਪਤਾ ਲੱਗ ਗਈ ਫਿਲਹਾਲ ਦੀ ਘੜੀ ਵੀ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਜੱਜ ਹੁੰਦੇ ਨੇ ਉਹਨਾਂ ਦੀ ਗਿਣਤੀ ਵਧਾਈ ਜਾਂ ਘਟਾਈ ਕਿਹਦੇ ਦੁਆਰਾ ਜਾ ਸਕਦੀ ਹੈ, ਕਿਹਦੇ ਦੁਆਰਾ ਜਾ ਸਕਦੀ ਹੈ, ਪਾਰਲੀਮੈਂਟ ਦੁਆਰਾ। ਪਾਰਲੀਮੈਂਟ ਕੋਲ ਇਹ ਪਾਵਰ ਹੈਗੀ, ਆਪਣਾ ਸੰਵਿਧਾਨ ਪਾਰਲੀਮੈਂਟ ਨੂੰ ਪਾਵਰ ਦਿੰਦਾ ਵੀ ਉਹ ਸੁਪਰੀਮ ਕੋਰਟ ਦੇ ਜਿਹੜੇ ਜੱਜਿਸ ਨੇ ਉਹਨਾਂ ਦੀ ਗਿਣਤੀ ਵਧਾ ਜਾਂ ਘਟਾ ਸਕਦਾ ਹੈਗਾ ਐਕਟ ਲਿਆ ਕੇ। ਉਹਨਾਂ ਨੇ ਐਕਟ ਲਿਆਂਦਾ ਸੁਪਰੀਮ ਕੋਰਟ ਨੰਬਰ ਆਫ ਜੱਜਿਸ ਐਕਟ, ਤੇ ਇਹਨੂੰ ਸਮੇਂ ਸਮੇਂ ਤੇ ਅਮੈਂਡ ਕਰਕੇ ਸੁਪਰੀਮ ਕੋਰਟ ਦੇ ਜੱਜਿਸ ਦੀ ਜਿਹੜੀ ਗਿਣਤੀ ਸੀਗੀ ਉਹ ਵਧਾਏਗੀ। ਕਿਵੇਂ? ਤਾਂ ਸਭ ਤੋਂ ਪਹਿਲਾਂ ਦੇਖੋ ਧਿਆਨ ਨਾਲ, ਜਦੋਂ ਸਭ ਤੋਂ ਪਹਿਲਾਂ ਓਰੀਜਨਲੀ ਆਪਣੇ ਜਿਹੜਾ ਸੁਪਰੀਮ ਕੋਰਟ ਦੇ ਜੱਜਿਸ ਦੀ ਜਿਹੜੀ ਗਿਣਤੀ ਸੀ ਉਹ 8 ਤੱਕ ਸੀਮਤ ਸੀਗੀ, ਉਹਦੇ ਵਿੱਚ ਇੱਕ ਚੀਫ ਜਸਟਿਸ ਤੇ 7 ਬਾਕੀ ਜੱਜਿਸ ਸੀ। ਬਾਅਦ ਵਿੱਚ ਪਾਰਲੀਮੈਂਟ ਨੇ ਐਕਟ ਲਿਆਂਦਾ, ਜੱਜਿਸ ਦੀ ਗਿਣਤੀ 10 ਕਰਤੀ 1956 ਦੇ ਵਿੱਚ, ਫਿਰ 1960 ਦੇ ਵਿੱਚ ਜੱਜਾਂ ਦੀ ਗਿਣਤੀ 13 ਕਰਤੀ, 1977 ਦੇ ਵਿੱਚ ਵਧਾ ਕੇ ਜੱਜਾਂ ਦੀ ਗਿਣਤੀ 17 ਕਰਤੀ, 1986 ਦੇ ਵਿੱਚ ਜੱਜਾਂ ਦੀ ਗਿਣਤੀ ਵਧਾ ਕੇ 25 ਕਰਤੀ, ਤੇ ਪਲੱਸ ਇੱਕ ਚੀਫ ਜਸਟਿਸ 26 ਹੋ ਗਏ ਸੀਗੇ। ਇਹ 2009 ਤੱਕ ਦਾ ਅੰਕੜਾ ਸੀ। ਫਿਰ 2009 ਦੇ ਵਿੱਚ ਇਹ ਗਿਣਤੀ ਵਧਾ ਕੇ 31 ਕਰਤੀ, ਤੇ ਹੁਣ ਪਿੱਛੇ ਇਹ ਗਿਣਤੀ 34 ਕਰਤੀ। ਬਹੁਤ ਇੰਪੋਰਟੈਂਟ ਗੱਲ ਹੈ, ਇੱਕ ਕੁਸਚਨ ਆਪਣੇ ਲਈ ਇੱਥੋਂ ਇਹ ਨਿਕਲ ਕੇ ਆ ਗਿਆ ਵੀ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਜੱਜਿਸ ਨੇ ਉਹਨਾਂ ਦੀ ਗਿਣਤੀ ਬਣਾਉਣ ਦੀ ਪਾਵਰ ਕਿਹਦੇ ਕੋਲ ਹੈ, ਉਹ ਹੈਗੇ ਜੀ ਪਾਰਲੀਮੈਂਟ ਕੋਲ। ਹੁਣ ਜੱਜਿਸ ਦੀ ਅਪੁਆਇੰਟਮੈਂਟ ਦੇ ਬਾਰੇ ਗੱਲ ਕਰੀਏ, ਤਾਂ ਦੇਖੋ ਆਰਟੀਕਲ 124 ਇਹਨਾਂ ਜੱਜਿਸ ਦੀ ਅਪੁਆਇੰਟਮੈਂਟ ਦੇ ਨਾਲ ਡੀਲ ਕਰਦਾ। ਜੱਜਿਸ ਨੂੰ ਸੁਪਰੀਮ ਕੋਰਟ ਦੇ ਵਿੱਚ ਅਪੁਆਇੰਟ ਕੌਣ ਕਰਦਾ? ਉਹ ਕਰਦਾ ਜੀ ਦੇਸ਼ ਦਾ ਰਾਸ਼ਟਰਪਤੀ, ਦੇਸ਼ ਦਾ ਰਾਜਾ। ਠੀਕ ਹੈ ਜੀ, ਤੇ ਇਹ ਰਾਸ਼ਟਰਪਤੀ ਇਹਨਾਂ ਨੂੰ ਅਪੁਆਇੰਟ ਕਰੂਗਾ ਕੰਸਲਟੇਸ਼ਨ ਦੇ ਨਾਲ। ਕਿਹਦੀ ਕੰਸਲਟੇਸ਼ਨ ਦੇ ਨਾਲ? ਉਹ ਬੰਦੇ ਹੋਣਗੇ, ਜਾਂ ਤਾਂ ਉਹ ਬੰਦੇ ਹੋਣਗੇ ਸੁਪਰੀਮ ਕੋਰਟ ਦਾ ਚੀਫ ਜਸਟਿਸ ਤੇ ਬਾਕੀ ਜੱਜ ਸੁਪਰੀਮ ਕੋਰਟ ਦੇ ਜਾਂ ਹਾਈ ਕੋਰਟ ਦੇ, ਜੋ ਉਹਨੂੰ ਲੱਗੇ ਵੀ ਲੋੜ ਪਵੇ ਐਸ ਡੀਮ ਨੈਸੈਸਰੀ। ਇਹ ਜਿਹੜਾ ਕੰਸਲਟੇਸ਼ਨ ਸ਼ਬਦ ਹੈ ਨਾ, ਇਹਨੇ ਅੱਗੇ ਜਾ ਕੇ ਬਹੁਤ ਰੇੜਕਾ ਪਾਇਆ, ਤੁਹਾਨੂੰ ਮੈਂ ਸਮਝਾਉਂਗਾ। ਤੇ ਇੰਪੋਰਟੈਂਟ ਗੱਲ ਹੈ, ਇਹ ਜਿਹੜੀ ਕੰਸਲਟੇਸ਼ਨ ਹੈਗੀ ਚੀਫ ਜਸਟਿਸ ਦੇ ਨਾਲ ਰਾਸ਼ਟਰਪਤੀ ਕਰੂਗਾ ਇਹਨਾਂ ਜੱਜਿਸ ਦੀ ਅਪੁਆਇੰਟਮੈਂਟ ਨਾਲ ਲੈ ਕੇ, ਉਹ ਓਬਲੀਗੇਟਰੀ ਹੋਊਗੀ ਇਨ ਕੇਸ ਆਫ ਅਪੁਆਇੰਟਮੈਂਟ ਆਫ ਏ ਜੱਜ ਅਦਰ ਦੈਨ ਦਾ ਚੀਫ ਜਸਟਿਸ। ਹੁਣ ਚੀਫ ਜਸਟਿਸ ਨੂੰ ਅਪੁਆਇੰਟ ਕਿਵੇਂ ਕਰਿਆ ਜਾਂਦਾ? ਇਹਦਾ ਜ਼ਿਕਰ ਸੰਵਿਧਾਨ ਦੇ ਵਿੱਚ ਤਾਂ ਕਿਤੇ ਵੀ ਨਹੀਂ, ਆਪਾਂ ਪਿੱਛੇ ਆਰਟੀਕਲ ਵੀ ਦੇਖ ਲਏ, ਕਿਸੇ ਆਰਟੀਕਲ ਦੇ ਵਿੱਚ ਜ਼ਿਕਰ ਹੀ ਨਹੀਂ ਹੈਗਾ ਵੀ ਜਿਹੜਾ ਦੇਸ਼ ਦਾ ਮੁੱਖ ਨਿਆਂਧੀਸ਼ ਹੈਗਾ ਉਹਦੀ ਅਪੁਆਇੰਟਮੈਂਟ ਦਾ ਮੈਥਡ ਕੀ ਹੈ। ਸੰਵਿਧਾਨ ਦੇ ਵਿੱਚ ਕਿਤੇ ਲਿਖਿਆ ਨਹੀਂ ਹੋਇਆ, ਉਹਦੇ ਬਾਰੇ ਆਪਾਂ ਕੱਲ ਨੂੰ ਲੈਕਚਰ ਆਊਗਾ। ਠੀਕ ਹੈ, ਉਹ ਵੀਡੀਓ ਮੈਂ ਕੱਲ ਨੂੰ ਪਲੇ ਲਿਸਟ ਦੇ ਵਿੱਚ ਐਡ ਕਰੂੰਗਾ, ਉਦੋਂ ਤੁਸੀਂ ਸਮਝ ਲਓ ਵੀ ਦੇਸ਼ ਦਾ ਜਿਹੜਾ ਚੀਫ ਜਸਟਿਸ ਆਫ ਇੰਡੀਆ ਉਹਦੀ ਅਪੁਆਇੰਟਮੈਂਟ ਕਿਵੇਂ ਕਰੀ ਜਾਂਦੀ ਹੈ, ਬਹੁਤ ਇੰਪੋਰਟੈਂਟ ਹੈਗਾ। ਤੇ ਹੁਣ ਆਪਾਂ ਗੱਲ ਕਰਦੇ ਹਾਂ ਇਹ ਜਿਹੜਾ ਕੰਸਲਟੇਸ਼ਨ ਸ਼ਬਦ ਸੀਗਾ ਇਹਨੂੰ ਲੈ ਕੇ ਬਹੁਤ ਕੰਟਰੋਵਰਸੀ ਹੋਈ ਹੈ ਸਮੇਂ ਸਮੇਂ ਲੈ ਕੇ, ਕਿਉਂਕਿ ਸੁਪਰੀਮ ਕੋਰਟ ਨੇ ਇਹ ਸ਼ਬਦ ਦੀ ਇੰਟਰਪ੍ਰੀਟੇਸ਼ਨ ਬਾਰ ਬਾਰ ਬਦਲੀ ਹੈ। ਕਿਵੇਂ? ਦੇਖੋ ਆਪਾਂ ਸਾਰਿਆਂ ਨੂੰ ਹੁਣ ਪਤਾ ਲੱਗ ਗਿਆ ਵੀ ਜਿਹੜੀ ਜੱਜਿਸ ਦੀ ਗਿਣਤੀ ਉਹ ਤਾਂ ਪਾਰਲੀਮੈਂਟ ਵਧਾ ਸਕਦੀ ਹੈ, ਬਟ ਜੱਜਿਸ ਨੂੰ ਅਪੁਆਇੰਟ ਕੌਣ ਕਰਦਾ? ਉਹ ਭਾਈ ਸੁਪਰੀਮ ਕੋਰਟ। ਅੱਜ ਦੇ ਸਮੇਂ ਤਾਂ ਜਿਹੜੇ ਕੋਰਟ ਹੀ ਮਤਲਬ ਜੱਜ ਹੀ ਜੱਜਾਂ ਨੂੰ ਅਪੁਆਇੰਟ ਕਰਦੇ ਨੇ, ਇੱਕ ਸਿਸਟਮ ਬੈਠਿਆ ਜਾਂਦਾ, ਉਹ ਸਿਸਟਮ ਨੂੰ ਕਹਿੰਦੇ ਨੇ ਜੀ ਕੋਲੀਜੀਅਮ ਸਿਸਟਮ। ਇਹ ਕੋਲੀਜੀਅਮ ਸਿਸਟਮ ਹੀ ਆਪਣੇ ਭਾਰਤ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਤੇ ਹਾਈ ਕੋਰਟ ਹੈ ਇਹਦੇ ਵਿੱਚ ਜੱਜ ਲੋਇਰ ਇਹਨਾਂ ਨੂੰ ਅਪੁਆਇੰਟ ਇਹਨਾਂ ਦਾ ਟ੍ਰਾਂਸਫਰ ਕਰਨ ਦੇ ਲਈ ਇਹ ਸਿਸਟਮ ਬਣਿਆ ਹੋਇਆ। ਸੋ ਪਹਿਲਾਂ ਆਪਾਂ ਇਸ ਕੋਲੀਜੀਅਮ ਸਿਸਟਮ ਨੂੰ ਸਮਝੀਏ ਕੀ ਹੈ। ਦੇਖੋ ਇਹ ਸਿਸਟਮ ਦੇ ਵਿੱਚ ਆਪਾਂ ਨੂੰ ਪਤਾ ਲੱਗ ਗਿਆ ਵੀ ਜੱਜਿਸ ਆਫ ਦਾ ਸੁਪਰੀਮ ਕੋਰਟ ਐਂਡ ਹਾਈ ਕੋਰਟ ਇਹਨਾਂ ਦੀ ਅਪੁਆਇੰਟਮੈਂਟ ਦੇ ਲਈ ਇੱਕ ਫੋਰਮ ਡਿਸਾਈਡ ਕਰਦਾ ਹੈਗਾ, ਜੋ ਕਿ ਮਤਲਬ ਇਹ ਸਾਰਿਆਂ ਦੀ ਅਪੁਆਇੰਟਮੈਂਟ ਇਹਨੇ ਟ੍ਰਾਂਸਫਰ ਇੱਕ ਫੋਰਮ ਡਿਸਾਈਡ ਕਰਦਾ ਹੈਗਾ, ਜਿਹਦੇ ਵਿੱਚ ਚੀਫ ਜਸਟਿਸ ਹੁੰਦਾ ਹੈ ਜੀ ਉਸ ਫੋਰਮ ਦਾ ਪਾਰਟ, ਤੇ ਸੁਪਰੀਮ ਕੋਰਟ ਦੇ 4 ਮੋਸਟ ਸੀਨੀਅਰ ਜੱਜ ਹੁੰਦੇ ਨੇਗੇ। ਇਹ 5 ਜਾਣੇ ਡਿਸਾਈਡ ਕਰਦੇ ਨੇ ਕਿਹੜੇ ਜੱਜ ਨੂੰ ਸੁਪਰੀਮ ਕੋਰਟ ਦੇ ਵਿੱਚ ਅਪੁਆਇੰਟ ਕਰਨਾ, ਕਿਹੜੇ ਨੂੰ ਹਾਈ ਕੋਰਟ ਦੇ ਵਿੱਚ, ਕਿਹੜੇ ਵਕੀਲ ਨੂੰ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਅਪੁਆਇੰਟ ਕਰਨਾ, ਕਿਹਨਾਂ ਦਾ ਟ੍ਰਾਂਸਫਰ ਕਰਨਾ, ਇਹ ਕੋਲੀਜੀਅਮ ਸਿਸਟਮ ਹੀ ਡਿਸਾਈਡ ਕਰਦਾ। ਤੇ ਇੰਪੋਰਟੈਂਟ ਗੱਲ ਇਹ ਹੈ ਇਹ ਕੋਲੀਜੀਅਮ ਸਿਸਟਮ ਦਾ ਜ਼ਿਕਰ ਸੰਵਿਧਾਨ ਦੇ ਵਿੱਚ ਕਿਤੇ ਵੀ ਨਹੀਂ ਕੀਤਾ ਗਿਆ, ਓਰੀਜਨਲੀ ਵੀ ਨਹੀਂ ਕੀਤਾ ਗਿਆ, ਤੇ ਜਿਹੜੇ ਸਕਸੈਸਿਵ ਅਮੈਂਡਮੈਂਟ ਦੇ ਵਿੱਚ ਕਿਤੇ ਵੀ ਇਸ ਚੀਜ਼ ਦਾ ਇਸ ਕੋਲੀਜੀਅਮ ਸਿਸਟਮ ਦਾ ਜ਼ਿਕਰ ਨਹੀਂ ਕੀਤਾ ਗਿਆ। ਇਹ ਇੱਕ ਤਰ੍ਹਾਂ ਦਾ ਤੁਸੀਂ ਕਹਿ ਲਓ ਕਨਵੈਨਸ਼ਨ, ਇੱਕ ਤਰ੍ਹਾਂ ਦਾ ਰਿਵਾਜ਼ ਹੈ, ਜੱਜ ਹੀ ਆਪਣੇ ਭਾਰਤ ਦੇ ਵਿੱਚ ਜੱਜਾਂ ਨੂੰ ਚੁਣਦੇ ਨੇਗੇ।
ਤੇ ਹੁਣ ਇਹ ਸਿਸਟਮ ਕਿਵੇਂ ਹੁੰਦਾ ਕਿਸੇ ਜੱਜ ਨੂੰ ਜੇ ਸੁਪਰੀਮ ਕੋਰਟ ਦੇ ਵਿੱਚ ਅਪੁਆਇੰਟ ਹੋਣਾ ਹੁੰਦਾ ਤਾਂ ਕਿਵੇਂ ਕੰਮ ਕਰਦਾ ਕਲੀਜੀਅਮ ਸਿਸਟਮ, ਇਹ ਵੀ ਆਪਾਂ ਸਮਝ ਲਈਏ। ਤਾਂ ਦੇਖੋ ਕਲੀਜੀਅਮ ਸਿਸਟਮ ਕੀ ਕਰਦਾ, ਕਿਸੇ ਬੰਦੇ ਦਾ ਨਾਮ ਰਿਕਮੈਂਡ ਕਰੂਗਾ ਸੈਂਟਰ ਸਰਕਾਰ ਨੂੰ ਵੀ ਇਹ ਬੰਦੇ ਨੂੰ ਜੱਜ ਅਪੁਆਇੰਟ ਕਰਨਾ ਸੀ ਸੁਪਰੀਮ ਕੋਰਟ ਦੇ ਵਿੱਚ। ਉਵੇਂ ਹੀ ਸੈਂਟਰ ਸਰਕਾਰ ਵੀ ਆਪਦੇ ਵੱਲੋਂ ਕੋਈ ਵੀ ਬੰਦਾ ਰੈਕਮੈਂਡ ਕਰ ਸਕਦੀ ਵੀ ਇਹ ਬੰਦੇ ਨੂੰ ਵੀ ਤੁਸੀਂ ਸੁਪਰੀਮ ਕੋਰਟ ਦਾ ਜਿਹੜਾ ਕਲੀਜੀਅਮ ਹੈਗਾ ਉਹ ਸੁਪਰੀਮ ਕੋਰਟ ਦੇ ਵਿੱਚ ਅਪੁਆਇੰਟ ਕਰ ਸਕਦਾ। ਅੱਛਾ ਨਾਮ ਚਲੇ ਗਏ ਤਾਂ ਸੁਪਰੀਮ ਕੋਰਟ ਨੇ ਫੈਸਲਾ ਕਰ ਲਿਆ ਵੀ ਜਿਹੜਾ ਸਾਡੇ ਵਾਲਾ ਨਾਮ ਹੈਗਾ ਇਹੀ ਬੰਦੇ ਨੂੰ ਅਸੀਂ ਨੇ ਜੱਜ ਅਪੁਆਇੰਟ ਕਰਨਾ ਸੁਪਰੀਮ ਕੋਰਟ ਦੇ ਵਿੱਚ। ਤੇ ਇੰਪੋਰਟੈਂਟ ਗੱਲ ਇਹ ਹੈ ਸੁਪਰੀਮ ਕੋਰਟ ਜਿਹੜੀ ਇਹ ਰਾਏ ਸਰਕਾਰ ਤੱਕ ਜਾਂਦੀ ਹੈ, ਇਹ ਸਰਕਾਰ ਦੇ ਉੱਪਰ ਬਾਇੰਡਿੰਗ ਹੁੰਦੀ ਹੈ। ਜਿਹੜਾ ਬੰਦਾ ਸੁਪਰੀਮ ਕੋਰਟ ਇੱਕ ਵਾਰ ਕਹਿ ਦੇ, ਇਹ ਕੁਲੀਜੀਅਮ ਕਹਿ ਦੇ ਵੀ ਆਹ ਬੰਦਾ ਅਪੁਆਇੰਟ ਕਰਨਾ ਹੀ ਕਰਨਾ, ਉਹ ਸਰਕਾਰ ਨੂੰ ਗੱਲ ਮੰਨਣੀ ਹੀ ਪੈਂਦੀ ਹੈ। ਬਟ ਇੱਥੇ ਟਾਈਮ ਲਿਮਿਟ ਫਿਕਸ ਨਹੀਂ ਹੈਗਾ ਵੀ ਸਰਕਾਰ ਉਹਨਾਂ ਨੂੰ ਮਤਲਬ ਜਿਹੜੀ ਰਿਪਲਾਈ ਕਰਨ ਦੇ ਲਈ ਕਿੰਨਾ ਟਾਈਮ ਸਰਕਾਰ ਨੂੰ ਦਿੱਤਾ, ਇਹ ਕਿਤੇ ਵੀ ਫਿਕਸ ਨਹੀਂ। ਸੋ ਤਾਂ ਕਰਕੇ ਅਕਸਰ ਦੇਖਦੇ ਹਾਂ ਜਿਹੜੇ ਜੱਜ ਅਪੁਆਇੰਟ ਕੀਤੇ ਹੁੰਦੇ ਨੇ ਉਹਨਾਂ ਦੀ ਅਪੁਆਇੰਟਮੈਂਟ ਦੇ ਵਿੱਚ ਕਾਫੀ ਜ਼ਿਆਦਾ ਸਮਾਂ ਲੱਗ ਜਾਂਦਾ ਹੈ। ਹੁਣ ਸਮੇਂ ਸਮੇਂ ਦੇ ਕੇਸਿਸ ਹੋਏ ਜਿਹਨੇ ਕੰਸਲਟੇਸ਼ਨ ਸ਼ਬਦ ਸੀਗਾ ਇਹਨੂੰ ਕਾਫੀ ਡਿਫਰੈਂਟ ਇੰਟਰਪ੍ਰੀਟੇਸ਼ਨ ਦਿੱਤੀ, ਜਿਵੇਂ ਕਿ ਸਭ ਤੋਂ ਪਹਿਲਾਂ 1982 ਵਿੱਚ ਕੇਸ ਹੋਇਆ ਸੀ SP ਗੁਪਤਾ ਵਰਸੀ ਯੂਨੀਅਨ ਆਫ ਇੰਡੀਆ, ਇਹਨੂੰ ਫਸਟ ਜੱਜ ਕੇਸ ਵੀ ਕਿਹਾ ਜਾਂਦਾ। ਇਹਦੇ ਵਿੱਚ ਸੁਪਰੀਮ ਕੋਰਟ ਨੇ ਕਹਿਤਾ ਵੀ ਜਿਹੜਾ ਕੰਸਲਟੇਸ਼ਨ ਹੈਗਾ ਵੀ ਜਿਹੜਾ ਰਾਸ਼ਟਰਪਤੀ ਅਪੁਆਇੰਟ ਕਰੂਗਾ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਜੱਜ ਨੂੰ ਉਹ ਚੀਫ ਜਸਟਿਸ ਦੀ ਸਲਾਹ ਦੇ ਨਾਲ ਕਰੂਗਾ। ਤੇ ਇਹਦੇ ਵਿੱਚ ਜਿਹੜੀ ਕੰਸਲਟੇਸ਼ਨ ਸ਼ਬਦ ਆਪਾਂ ਪੜ੍ਹਿਆ ਸੀ ਇਹਦਾ ਮਤਲਬ ਸਿਰਫ ਐਕਸਚੇਂਜ ਆਫ ਵਿਊਜ਼ ਹੈ, ਯਾਨੀ ਕਿ ਰਾਸ਼ਟਰਪਤੀ ਦੇ ਉੱਪਰ ਉਹ ਚੀਫ ਜਸਟਿਸ ਆਫ ਇੰਡੀਆ ਦੀ ਜਿਹੜੀ ਰਿਕਮੈਂਡੇਸ਼ਨ ਹੈ ਉਹ ਬਾਇੰਡਿੰਗ ਨਹੀਂ ਹੈਗੀ। ਇਹ ਫਸਟ ਜੱਜ ਕੇਸ ਦੇ ਵਿੱਚ ਕਿਹਾ ਗਿਆ ਸੀਗਾ ਸੁਪਰੀਮ ਕੋਰਟ ਦੁਆਰਾ। ਸੈਕਿੰਡ ਜੱਜ ਕੇਸ 1993 ਦੇ ਵਿੱਚ, ਇਹਦੇ ਵਿੱਚ ਸੁਪਰੀਮ ਕੋਰਟ ਨੇ ਆਪਦੀ ਹੀ ਜਿਹੜੀ ਆਪਣੀ ਜਿਹੜੀ ਦਿੱਤੀ ਸੀਗੀ ਰੂਲਿੰਗ ਉਹਦੇ ਤੋਂ ਹੀ ਪਲਟੀ ਖਾਲੀ, ਆਪਦੇ ਡਿਸੀਜਨ ਨੂੰ ਰਿਵਰਸ ਕਰਤਾ। ਉਹ ਕਹਿਤਾ ਸੁਪਰੀਮ ਕੋਰਟ ਨੇ ਵੀ ਜਿਹੜੀ ਐਡਵਾਈਸ ਹੈਗੀ ਚੀਫ ਜਸਟਿਸ ਆਫ ਇੰਡੀਆ ਦੀ ਉਹ ਰਾਸ਼ਟਰਪਤੀ ਦੇ ਉੱਪਰ ਬਾਇੰਡਿੰਗ ਹੋਊਗੀ ਇਨ ਮੈਟਰ ਆਫ ਅਪੁਆਇੰਟਮੈਂਟ ਆਫ ਜੱਜਿਸ ਇਨ ਸੁਪਰੀਮ ਕੋਰਟ, ਬਟ ਜਿਹੜਾ ਚੀਫ ਜਸਟਿਸ ਆਫ ਇੰਡੀਆ ਹੋਊਗਾ ਉਹਨੂੰ ਸੁਪਰੀਮ ਕੋਰਟ ਦੇ ਦੋ ਸੀਨੀਅਰ ਮੋਸਟ ਜੱਜਿਸ ਦੇ ਨਾਲ ਕੰਸਲਟੇਸ਼ਨ ਕਰਨੀ ਪਊਗੀ ਇਸ ਮੈਟਰ ਨੂੰ ਲੈ ਕੇ। ਫਿਰ 1999 ਦੇ ਵਿੱਚ ਇੱਕ ਥਰਡ ਜੱਜ ਕੇਸ ਹੋਇਆ, ਇਹਦੇ ਵਿੱਚ ਕੀ ਕਿਹਾ, ਇਹੀ ਜਿਹੜਾ ਥਰਡ ਜੱਜ ਕੇਸ ਹੈ 1999 ਦੇ ਵਿੱਚ ਹੋਇਆ ਸੀ ਇਸੇ ਨੂੰ ਹੀ ਕੁਲੀਜੀਅਮ ਸਿਸਟਮ ਕਿਹਾ ਜਾਂਦਾ। ਇਹਦੇ ਵਿੱਚ ਇਹ ਸੀ ਚੀਫ ਜਸਟਿਸ ਆਫ ਇੰਡੀਆ ਦੀ ਰਿਕਮੈਂਡੇਸ਼ਨ ਰਾਸ਼ਟਰਪਤੀ ਦੇ ਉੱਪਰ ਬਾਇੰਡਿੰਗ ਹੋਊਗੀ ਸੁਪਰੀਮ ਕੋਰਟ ਦੇ ਵਿੱਚ ਜੱਜਿਸ ਦੀ ਅਪੁਆਇੰਟਮੈਂਟ ਨੂੰ ਲੈ ਕੇ, ਬਟ ਜਿਹੜਾ ਚੀਫ ਜਸਟਿਸ ਆਫ ਇੰਡੀਆ ਉਹਨੂੰ ਸੁਪਰੀਮ ਕੋਰਟ ਦੇ 4 ਸੀਨੀਅਰ ਮੋਸਟ ਜੱਜਿਸ ਦੇ ਨਾਲ ਕੰਸਲਟ ਕਰਨਾ ਪਊਗਾ। ਹੁਣ ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ, ਬਹੁਤ ਇੰਪੋਰਟੈਂਟ ਗੱਲ ਹੈ, ਜਿਹੜੇ ਇਹ 4 ਸੀਨੀਅਰ ਮੋਸਟ ਜੱਜਿਸ ਦੇ ਨਾਲ ਚੀਫ ਜਸਟਿਸ ਕੰਸਲਟ ਕਰੂਗਾ, ਜੇ ਇਹਨਾਂ 'ਚੋਂ ਇਹ ਕੁਲੀਜੀਅਮ ਅਧੂਰਾ ਰਹਿ ਗਿਆ, ਯਾਨੀ ਕਿ ਫਰਜ਼ ਕਰੋ 2 ਜੱਜਿਸ ਨੇ ਵੀ ਐਡਵਰਸ ਓਪੀਨੀਅਨ ਦਿੱਤਾ ਵੀ ਆਹ ਬੰਦੇ ਨੂੰ ਅਪੁਆਇੰਟ ਕਰਨ ਦੇ ਅਸੀਂ ਹੱਕ 'ਚ ਨਹੀਂ ਹੈਗੇ, ਤਾਂ ਉਹਨਾਂ ਚਿਰ ਜਿਹੜੀ ਉਹ ਰਿਕਮੈਂਡੇਸ਼ਨ ਹੈ ਉਹ ਰਾਸ਼ਟਰਪਤੀ ਦੇ ਉੱਪਰ ਬਾਇੰਡਿੰਗ ਨਹੀਂ ਹੋਊਗੀ ਜਿੰਨਾ ਚਿਰ ਕੁਲੀਜੀਅਮ ਪੂਰਾ ਕੰਪਲੀਟ ਨਹੀਂ ਹੁੰਦਾ। ਇਹ ਬਹੁਤ ਇੰਪੋਰਟੈਂਟ ਗੱਲ ਹੈਗੀ, ਯਾਦ ਰੱਖ। ਹੁਣ ਲੱਗਦੇ ਹੱਥ ਆਪਾਂ ਇੱਕ ਹੋਰ ਚੀਜ਼ ਬਾਰੇ ਗੱਲ ਕਰ ਲਈਏ, ਉਹ ਜੀ ਨੈਸ਼ਨਲ ਜੁਡੀਸ਼ੀਅਲ ਅਪੁਆਇੰਟਮੈਂਟ ਕਮਿਸ਼ਨ NJAC ਬਿੱਲ। ਇਹ ਬਿੱਲ ਉਹ ਲਿਆਂਦਾ ਗਿਆ ਸੀਗਾ 99 ਕੌਂਸਟੀਟਿਊਸ਼ਨ ਅਮੈਂਡਮੈਂਟ 2014 ਵਿੱਚ ਕੀਤੀ ਸੀ, ਜਿਹਦੇ ਵਿੱਚ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜੱਜਿਸ ਦੀ ਅਪੁਆਇੰਟਮੈਂਟ ਹੈ ਉਹਦੇ ਵਿੱਚ ਸਰਕਾਰ ਨੇ ਸਿੱਧਾ ਆਪਣੀ ਦਖਲ ਦੇਣ ਦੀ ਕੋਸ਼ਿਸ਼ ਕੀਤੀ ਸੀਗੀ। ਕਿਵੇਂ? ਇਹਦੇ ਵਿੱਚ ਬਸ ਜਿਹੜੀ ਜੱਜਿਸ ਦੀ ਅਪੁਆਇੰਟਮੈਂਟ ਉਹਦੇ ਟ੍ਰਾਂਸਫਰ ਹੈ ਉਹਦੇ ਵਿੱਚ ਜਿਹੜੀ ਸਰਕਾਰ ਦਾ ਵੀ ਥੋੜ੍ਹਾ ਜਿਹਾ ਹੱਥ ਹੋਣਾ ਚਾਹੀਦਾ, ਇਹ ਦੇ ਲਈ ਅਮੈਂਡਮੈਂਟ ਲਿਆਂਦੀ ਗਈ ਸੀ। ਇਹਦੇ ਵਿੱਚ ਇਹ ਸੀ ਜੇ ਜੱਜਿਸ ਨੂੰ ਅਪੁਆਇੰਟ ਕਰਨਾ ਹੈ ਤਾਂ ਜਿਹੜਾ ਕੁਲੀਜੀਅਮ ਸਿਸਟਮ ਹੈ ਬੇਸਿਕਲੀ ਉਹਨੂੰ ਰਿਪਲੇਸ ਕਰਨ ਦੀ ਗੱਲ ਕੀਤੀ ਸੀਗੀ ਇਸ NJAC ਬਿੱਲ ਨੇ, ਤੇ ਰਿਪਲੇਸ ਕਰ ਵੀ ਦਿੱਤਾ ਸੀਗਾ। ਇਹਦੇ ਵਿੱਚ ਇਹ ਸੀ ਕਿਸੇ ਜੱਜ ਨੂੰ ਅਪੁਆਇੰਟ ਕਰਨਾ ਤਾਂ ਉਹਦੇ ਲਈ ਇੱਕ ਕਮੇਟੀ ਬੈਠੂਗੀ, ਉਹ ਕਮੇਟੀ ਵਿੱਚ ਇੱਕ ਤਾਂ ਚੀਫ ਜਸਟਿਸ ਆਫ ਇੰਡੀਆ ਹੋਊਗਾ, 2 ਸੁਪਰੀਮ ਕੋਰਟ ਦੇ ਸੀਨੀਅਰ ਮੋਸਟ ਜੱਜ ਹੋਣਗੇ ਚੀਫ ਜਸਟਿਸ ਤੋਂ ਬਾਅਦ, ਤੇ ਇੱਕ ਕੇਂਦਰ ਦਾ ਜਿਹੜਾ ਲਾਅ ਮੰਤਰੀ ਹੈਗਾ ਉਹ ਹੋਊਗਾ ਸੈਂਟਰ ਦਾ ਲਾਅ ਮੰਤਰੀ, ਤੇ 2 ਐਮੀਨੈਂਟ ਪਰਸਨ, ਠੀਕ ਹੈ, ਇਹ ਡਿਫਾਈਨ ਹੀ ਨਹੀਂ ਕੀਤੇ ਵੀ ਐਮੀਨੈਂਟ ਪਰਸਨ ਇਹ ਕੌਣ ਹੋਣਗੇ, ਇੱਥੋਂ ਹੀ ਰੇੜਕਾ ਪੈ ਗਿਆ। ਤੇ ਇਹਨਾਂ ਐਮੀਨੈਂਟ ਨੂੰ ਇੱਕ ਅੱਗੇ ਫਰਦਰ ਕਮੇਟੀ ਅਪੁਆਇੰਟ ਕਰੂਗੀ, ਉਸ ਕਮੇਟੀ ਦੇ ਮੈਂਬਰ ਹੋਣਗੇ ਚੀਫ ਜਸਟਿਸ ਆਫ ਇੰਡੀਆ, ਪ੍ਰਧਾਨ ਮੰਤਰੀ ਤੇ ਲੀਡਰ ਆਫ ਓਪੋਜੀਸ਼ਨ। ਤੇ ਇੱਕ ਨਵਾਂ ਆਰਟੀਕਲ ਸੰਵਿਧਾਨ ਦੇ ਵਿੱਚ ਐਡ ਕਰਵਾਇਆ ਗਿਆ, ਆਰਟੀਕਲ 124A। ਤੇ ਸੁਪਰੀਮ ਕੋਰਟ ਨੇ ਜਿਹੜੀ ਇਹ ਅਮੈਂਡਮੈਂਟ ਸੀ ਇਹਨੂੰ ਵੋਇਡ ਡਿਕਲੇਅਰ ਕਰਤਾ, ਇਹਨੂੰ ਖਾਰਜ ਕਰਤਾ। ਕਿਉਂ? ਸੁਪਰੀਮ ਕੋਰਟ ਕਹਿੰਦੀ ਵੀ ਭਾਈ ਪਹਿਲੀ ਗੱਲ ਤੁਸੀਂ ਤਾਂ ਜਿਹੜੇ ਸਿਆਣੇ ਬੰਦੇ ਨੇ ਇਹਨਾਂ ਨੂੰ ਡਿਫਾਈਨ ਕਰੋ ਇਹ ਕੌਣ ਨੇਗੇ ਜਿਹੜੇ ਸਾਨੂੰ ਅਪੁਆਇੰਟ ਕਰਨ ਵਾਲੇ ਹੋਗੇ। ਸੋ ਇਹ ਦੂਸਰਾ ਇਹ ਸਿੱਧਾ ਸਿੱਧਾ ਜਿਹੜਾ ਤੁਸੀਂ ਕਰ ਰਹੇ ਹੋ ਸਰਕਾਰ ਇਹ ਅਮੈਂਡਮੈਂਟ ਲਈ ਕੀ ਹੈ, ਤਾਂ ਇਹਦੇ ਵਿੱਚ ਸਰਕਾਰ ਨੇ ਆਪਦੇ ਬੰਦੇ ਪਾਤੇ ਜੱਜਿਸ ਨੂੰ ਅਪੁਆਇੰਟ ਕਰਨ ਦੇ ਲਈ। ਇਹ ਜੋ ਕਰ ਰਹੀ ਹੈ ਸਰਕਾਰ ਇਹ ਸਿੱਧਾ ਤੇ ਸਿੱਧਾ ਜਿਹੜੀ ਜੁਡੀਸ਼ਰੀ ਦੀ ਇੰਡੀਪੈਂਡੈਂਸ ਹੈ ਉਹਦੀ ਵਾਇਲੇਸ਼ਨ ਹੈਗੀ, ਤੇ ਇਹ ਬੇਸਿਕ ਸਟਰਕਚਰ ਹੈਗਾ ਜੋ ਕਿ ਕੇਸਵਾਨੰਦ ਭਾਰਤੀ ਕੇਸ ਦੇ ਵਿੱਚ ਸੁਪਰੀਮ ਕੋਰਟ ਦੁਆਰਾ ਇੰਟਰਪ੍ਰੈਟ ਕੀਤਾ ਗਿਆ ਸੀ। ਬੇਸਿਕ ਸਟਰਕਚਰ ਦੀ ਕੋਈ ਪ੍ਰੋਪਰ ਡੈਫੀਨੇਸ਼ਨ ਨਹੀਂ ਹੈਗੀ। ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਸੀਗਾ ਵੀ ਤੁਸੀਂ ਗਲਤੀਆਂ ਕਰੋ, ਅਸੀਂ ਤੁਹਾਨੂੰ ਦੱਸਾਂਗੇ ਜਿੱਥੇ ਤੁਹਾਨੂੰ ਗਲਤੀ ਕਰੀ ਵੀ ਆਹ ਬੇਸਿਕ ਸਟਰਕਚਰ ਹੈਗਾ ਤੇ ਇਹ ਚੀਜ਼ ਤੁਹਾਡੀ ਨਹੀਂ ਚੱਲਣੀ, ਠੀਕ ਹੈ। ਤੇ ਆਰਟੀਕਲ 50 ਵੀ ਹੀ ਕਹਿੰਦਾ ਵੀ ਜਿਹੜੀ ਜੁਡੀਸ਼ਰੀ ਹੈ ਉਹ ਐਗਜੀਕਿਊਟਿਵ ਤੋਂ ਟੋਟਲੀ ਇੰਡੀਪੈਂਡੈਂਟ ਰਹਿਣੀ ਚਾਹੀਦੀ ਹੈ। ਸੋ ਇਹ ਜਿਹੜਾ NJAC ਬਿੱਲ ਸੀ ਇਹ ਤਾਂ ਸਿੱਧੀ ਇਨਵੋਲਵਮੈਂਟ ਸੀ
ਸੋ ਇਹ ਅਮੈਂਡਮੈਂਟ ਨੂੰ ਖਾਰਜ ਕੀਤਾ ਗਿਆ ਤੇ ਅੱਜ ਦੇ ਸਮੇਂ ਜਿਹੜਾ ਕੋਲੀਜੀਅਮ ਸਿਸਟਮ ਹੈ ਉਹ ਹੀ ਫੋਲੋ ਕਰਿਆ ਜਾ ਰਿਹਾ ਹੈਗਾ ਜੱਜਿਸ ਦੀ ਅਪੁਆਇੰਟਮੈਂਟ ਨੂੰ ਲੈ ਕੇ। ਹਾਂ, ਕੋਲੀਜੀਅਮ ਸਿਸਟਮ ਦੇ ਵਿੱਚ ਵੀ ਕਾਫੀ ਕਮੀਆਂ ਨੇ, ਕਾਫੀ ਸੁਧਾਰ ਕਰਨ ਵਾਲੇ ਨੇ, ਉਹਦੇ ਬਾਰੇ ਕਦੇ ਫਿਰ ਡਿਸਕਸ ਕਰਾਂਗੇ, ਠੀਕ ਹੈ। ਹਾਲੇ ਤੁਹਾਨੂੰ ਬਾਹਲੇ ਚੱਕਰਾਂ 'ਚ ਪੈਣ ਦੀ ਲੋੜ। ਹੁਣ ਜੱਜਿਸ ਦੀ ਕੁਆਲੀਫਿਕੇਸ਼ਨ ਬਾਰੇ ਗੱਲ ਕਰ ਲੈਂਦੇ ਹਾਂ ਤਾਂ ਦੇਖੋ, ਜੱਜਿਸ ਜੇ ਕਿਸੇ ਜੱਜ ਨੇ ਸੁਪਰੀਮ ਕੋਰਟ ਦੇ ਲਈ ਅਪੁਆਇੰਟ ਹੋਣਾ ਹੈਗਾ ਤਾਂ ਉਹਨੂੰ ਕੁਆਲੀਫਿਕੇਸ਼ਨ ਫੁਲਫਿਲ ਕਰਨੀਆਂ ਪੈਣਗੀਆਂ। ਕਿਹੜੀ ਕਿਹੜੀ ਹੈ? ਸਭ ਤੋਂ ਪਹਿਲਾਂ ਉਹ ਭਾਰਤ ਦਾ ਸਿਟੀਜ਼ਨ ਹੋਣਾ ਚਾਹੀਦਾ, ਦੇਸ਼ ਦਾ ਨਾਗਰਿਕ ਹੋਣਾ ਚਾਹੀਦਾ। ਦੂਸਰਾ, ਉਹ ਹਾਈ ਕੋਰਟ ਦੇ ਵਿੱਚ 5 ਸਾਲ ਦੇ ਲਈ ਜੱਜ ਰਿਹਾ ਹੋਣਾ ਚਾਹੀਦਾ, ਕਿਸੇ ਵੀ ਹਾਈ ਕੋਰਟ ਦੇ ਵਿੱਚ ਜਾਂ ਸਕਸੈਸਿਵ ਹਾਈ ਕੋਰਟ ਦੇ ਵਿੱਚ, ਜਿਵੇਂ ਕਿਸੇ ਹਾਈ ਕੋਰਟ ਦੇ ਵਿੱਚ 1 ਸਾਲ ਵਾਲਿਆ, ਕਿਸੇ ਦੇ ਵਿੱਚ 2 ਸਾਲ ਵਾਲਿਆ ਐਜ਼ ਏ ਜੱਜ, ਠੀਕ ਹੈ। ਉਹ ਸਾਰਾ ਐਕਸਪੀਰੀਅੰਸ ਉਹਦਾ 5 ਸਾਲ ਦਾ ਫਿਰ ਦੇਖਿਆ ਜਾਊਗਾ, ਫਿਰ ਉਹਨੂੰ ਦੇਖਿਆ ਜਾਊਗਾ ਵੀ ਉਹ ਸੁਪਰੀਮ ਕੋਰਟ ਦੇ ਵਿੱਚ ਜਾ ਸਕਦਾ, ਜਾਂ ਉਹ ਬੰਦਾ ਹਾਈ ਕੋਰਟ ਦੇ ਵਿੱਚ 10 ਸਾਲ ਦੇ ਲਈ ਵਕੀਲ ਰਿਹਾ ਹੋਣਾ ਚਾਹੀਦਾ। ਇਹਨਾਂ ਤਿੰਨਾਂ 'ਚੋਂ, ਠੀਕ ਹੈ, ਕੰਡੀਸ਼ਨ ਪੂਰੀ ਕਰੋ ਤੇ ਤੁਸੀਂ ਆਪਣਾ ਸੁਪਰੀਮ ਕੋਰਟ ਦੇ ਵਿੱਚ ਜੱਜ ਬਣ ਜਾਓ। ਤੇ ਚੌਥੀ ਕੰਡੀਸ਼ਨ ਵੀ ਹੈ, ਜੇ ਉਹ ਡਿਸਟਿੰਗੁਇਸ਼ਡ ਜੂਰਿਸਟ ਹੋਵੇ ਰਾਸ਼ਟਰਪਤੀ ਦੀ ਨਿਗਾਹ ਦੇ ਵਿੱਚ। ਹੁਣ ਇੰਪੋਰਟੈਂਟ ਗੱਲ ਇਹ ਹੈ, ਜਿਹੜੀ ਪਹਿਲੀ ਕੰਡੀਸ਼ਨ ਹੈ, ਹੀ ਸ਼ੁੱਡ ਬੀ ਅ ਸਿਟੀਜ਼ਨ ਆਫ ਇੰਡੀਆ, ਇਹ ਤਾਂ ਹੋਣੀ ਹੀ ਚਾਹੀਦੀ ਹੈ। ਤੇ ਜਿਹੜੇ ਦੂਸਰੇ ਪੁਆਇੰਟ ਦੇ ਵਿੱਚ ਆ 3 ਚੀਜ਼ਾਂ ਨੇ, ਇਹਨਾਂ ਤਿੰਨਾਂ ਦੇ ਵਿੱਚ ਜੇ ਤੁਸੀਂ ਕੋਈ ਵੀ ਕੰਡੀਸ਼ਨ ਨੂੰ ਸੈਟੀਸਫਾਈ ਕਰ ਦਿਓ ਤਾਂ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਐਜ਼ ਏ ਜੱਜ ਅਪੁਆਇੰਟ ਹੋ ਸਕਦੇ ਹੋ। ਡਿਸਟਿੰਗੁਇਸ਼ਡ ਜੂਰਿਸਟ ਹੁੰਦਾ ਜੀ, ਬਹੁਤ ਹੀ ਹਾਈਲੀ ਕੁਆਲੀਫਾਈਡ ਲਾਅ ਐਕਸਪਰਟ ਹੁੰਦਾ ਹੈਗਾ, ਉਹਨੂੰ ਡਿਸਟਿੰਗੁਇਸ਼ਡ ਜੂਰਿਸਟ ਕਿਹਾ ਜਾਂਦਾ ਹੈ। ਰਾਸ਼ਟਰਪਤੀ ਨਿਗਾਹ ਦੇ ਵਿੱਚ ਉਹ ਬੰਦਾ ਡਿਸਟਿੰਗੁਇਸ਼ਡ ਜੂਰਿਸਟ ਹੋਣਾ ਚਾਹੀਦਾ ਹੈ। ਤੇ ਇੱਥੋਂ ਇਹ ਪੜ੍ਹ ਕੇ ਆਪਾਂ ਨੂੰ ਇੱਕ ਗੱਲ ਕਲੀਅਰ ਹੋ ਗਈ ਵੀ ਕੋਈ ਏਜ ਕ੍ਰਾਈਟੇਰੀਆ ਬਾਰੇ ਤਾਂ ਗੱਲ ਹੀ ਨਹੀਂ ਕੀਤੀ ਹੋਈ। ਮਿਨੀਮਮ ਏਜ ਦੱਸੀ ਹੋਵੇ ਵੀ ਕਿਸੇ ਜੱਜ ਨੇ ਸੁਪਰੀਮ ਕੋਰਟ ਦੇ ਵਿੱਚ ਜਾਣਾ, ਉਹਦੀ ਮਿਨੀਮਮ ਏਜ ਕਿੰਨੀ ਹੋਵੇ? ਜਿਵੇਂ ਆਪਾਂ ਪੜ੍ਹਦੇ ਹਾਂ, ਜਦੋਂ ਆਪਾਂ ਅੱਗੇ ਜਾ ਕੇ ਪੜ੍ਹਾਂਗੇ, ਲੋਕ ਸਭਾ ਦੇ ਜਿਹੜਾ ਮੈਂਬਰ ਆਫ ਪਾਰਲੀਮੈਂਟ ਇਨ ਲੋਕ ਸਭਾ, ਉਹਦੀ ਮਿਨੀਮਮ ਏਜ ਦੱਸੀ ਹੋਈ ਹੈ ਸੰਵਿਧਾਨ ਦੇ ਵਿੱਚ 25 ਸਾਲ। ਪੰਚਾਇਤ ਦਾ ਜਿਹੜਾ ਸਰਪੰਚ ਹੈ ਉਹਦੀ ਵੀ ਮਿਨੀਮਮ ਏਜ, ਆਪਾਂ ਕਿਸੇ ਨੇ ਪੰਚਾਇਤ ਇਲੈਕਸ਼ਨ ਲੜਨੀ 21 ਸਾਲ, ਠੀਕ ਹੈ। ਰਾਜ ਸਭਾ ਦੇ ਵਿੱਚ MP ਨੇ ਜਾਣਾ, ਉਹਦੀ ਘੱਟੋ ਘੱਟ ਮਿਨੀਮਮ ਏਜ 30 ਸਾਲ। ਰਾਸ਼ਟਰਪਤੀ ਤੇ ਵਾਈਸ ਪ੍ਰੈਜੀਡੈਂਟ ਦੀ ਏਜ 35 ਸਾਲ ਹੋਣੀ ਚਾਹੀਦੀ ਹੈ, ਉਹ ਤਾਂ ਸੰਵਿਧਾਨ ਦੇ ਵਿੱਚ ਦਿੱਤੀ ਹੋਈ ਹੈ। ਬਟ ਮਿਨੀਮਮ ਏਜ ਕਿਸੇ ਸੁਪਰੀਮ ਕੋਰਟ ਦੇ ਜੱਜ ਦੀ ਕਿਤੇ ਵੀ ਨਹੀਂ ਦਿੱਤੀ ਹੋਈ, ਇਹ ਬਹੁਤ ਇੰਪੋਰਟੈਂਟ ਗੱਲ ਹੈ, ਯਾਦ ਰੱਖਿਓ। ਮੈਕਸੀਮਮ ਏਜ ਦਿੱਤੀ ਹੋਈ, ਆਪਾਂ ਅੱਗੇ ਗੱਲ ਕਰਦੇ ਹਾਂ। ਉਸ ਦੀ ਗੱਲ ਕਰੀਏ, ਸਹੁੰ ਚੁੱਕ ਸਮਾਗਮ ਇਹਨਾਂ ਦਾ ਹੁੰਦਾ ਹੈ ਜੱਜਾਂ ਦਾ। ਸੁਪਰੀਮ ਕੋਰਟ ਦੇ ਜਿਹੜੇ ਜੱਜਿਸ ਹੁੰਦੇ ਨੇ, ਆਫਿਸ ਦੇ ਵਿੱਚ ਜਾਣ ਤੋਂ ਪਹਿਲਾਂ ਸਹੁੰ ਚੁੱਕਦੇ ਨੇ ਕਿਹਦੇ ਅੱਗੇ? ਰਾਸ਼ਟਰਪਤੀ ਦੇ ਅੱਗੇ, ਜਾਂ ਕੋਈ ਵੀ ਇਹੋ ਜਿਹਾ ਪਰਸਨ ਜੋ ਕਿ ਰਾਸ਼ਟਰਪਤੀ ਦੁਆਰਾ ਅਪੁਆਇੰਟ ਕੀਤਾ ਹੋਵੇ, ਉਹ ਇਹਨਾਂ ਦੀ ਓਥ ਚੱਕ ਸਕਦਾ ਹੈਗਾ। ਟਨਿਓਰ ਦੀ ਗੱਲ ਕਰੀਏ ਤਾਂ ਦੇਖੋ, ਸੰਵਿਧਾਨ ਨੇ ਪਹਿਲੀ ਗੱਲ ਕਿਸੇ ਵੀ ਸੁਪਰੀਮ ਕੋਰਟ ਦੇ ਜੱਜ ਦੀ ਟਨਿਓਰ ਫਿਕਸ ਨਹੀਂ ਕੀਤੀ। ਜਿਵੇਂ ਆਪਾਂ ਪੜ੍ਹਦੇ ਹਾਂ, ਫੋਰ ਐਗਜ਼ਾਮਪਲ, ਆਪਾਂ ਕਾਫੀ ਸਟੈਚੂਟਰੀ ਬੋਡੀਜ਼, ਕੋਨਸਟੀਟਿਊਸ਼ਨ ਬੋਡੀਜ਼ ਬਾਰੇ ਗੱਲ ਕੀਤੀ, ਉਹਨਾਂ ਦੇ ਚੇਅਰਮੈਨ ਬਾਰੇ ਜਿਹੜੀ ਉਹਨਾਂ ਨੇ ਟਨਿਓਰ ਸੀ ਆਪਾਂ ਗੱਲ ਕੀਤੀ ਵੀ ਫੋਰ ਐਗਜ਼ਾਮਪਲ ਜਿਹੜਾ UPSC ਦਾ ਚੇਅਰਮੈਨ ਉਹਦੀ ਟਨਿਓਰ ਕਿੰਨੀ ਹੈ? 6 ਸਾਲ, 65 ਸਾਲ, ਠੀਕ ਹੈ। ਉਵੇਂ ਹੀ ਜਿਹੜਾ ਸੈਂਟਰਲ ਵਿਜੀਲੈਂਸ ਕਮਿਸ਼ਨ ਹੈ ਉਹਦੀ ਟਨਿਓਰ ਕਿੰਨੀ ਹੈ? 4 ਸਾਲ ਜਾਂ 65 ਸਾਲ, ਵਿਚ ਐਵਰ ਇਜ਼ ਅਰਲੀਅਰ। 4 ਸਾਲ ਜਾਂ 65 ਸਾਲ, ਵਿਚ ਐਵਰ ਇਜ਼ ਅਰਲੀਅਰ, ਠੀਕ ਹੈ, ਏਦਾਂ ਹੀ। ਬਟ ਜਿਹੜੇ ਸੁਪਰੀਮ ਕੋਰਟ ਦੇ ਜੱਜਿਸ ਨੇ, ਇਹਨਾਂ ਦੀ ਟਨਿਓਰ ਕੋਈ ਵੀ ਫਿਕਸ ਨਹੀਂ ਕੀਤੀ। ਮਿਨੀਮਮ ਏਜ ਨੇ ਦੱਸੀ ਆਪਾਂ ਨੂੰ ਵੀ ਕਿੰਨੀ ਹੋਵੇ, ਹਾਂ ਮੈਕਸੀਮਮ ਏਜ ਦੱਸਤੀ, ਮੈਕਸੀਮਮ ਏਜ ਕਿੰਨੀ ਹੈ? ਉਹ ਹੈ ਜੀ 65 ਸਾਲ। ਯਾਨੀ ਕਿ ਫਰਜ਼ ਕਰੋ, ਹੁਣ ਸਮਝੋ ਧਿਆਨ ਨਾਲ, ਕਿਸੇ ਕੋਈ ਮੁੰਡਾ ਨੌਜਵਾਨ ਜੱਜ ਬਣੇਗਾ, ਸੁਪਰੀਮ ਕੋਰਟ ਦੇ ਵਿੱਚ ਆ ਗਿਆ, ਉਹਦੀ ਉਮਰ 32-33 ਸਾਲ ਹੈ। ਹੁਣ ਉਹਦੀ ਇਹ ਨਹੀਂ ਹੈਗਾ ਜਿਵੇਂ ਬਾਕੀ ਆਪਾਂ ਕੋਨਸਟੀਟਿਊਸ਼ਨ ਸੰਵਿਧਾਨਕ ਪੋਸਟਾਂ ਬਾਰੇ ਗੱਲ ਕੀਤੀ ਸੀ ਵੀ ਉਹਦੀ ਚਾਹੇ 5 ਸਾਲ ਜਾਂ 65 ਸਾਲ ਜਿਹੜੀ ਪਹਿਲਾਂ ਪੂਰੀ ਹੋ ਜੇ ਉਹ ਵੀ ਉਹ ਬੰਦੇ ਦੀ ਟਨਿਓਰ ਹੋਊਗੀ ਉਸ ਪੋਸਟ ਦੇ ਉੱਪਰ। ਬਟ ਸੁਪਰੀਮ ਕੋਰਟ ਦੇ ਜੱਜ ਨੂੰ ਲੈ ਕੇ ਇਹ ਹੈ ਵੀ ਜੇ ਉਹ ਬੰਦੇ ਲਈ ਫਰਜ਼ ਕਰੋ ਉਮਰ 35 ਸਾਲ ਹੈ, 35 ਸਾਲ ਦੀ ਉਮਰ ਦੇ ਵਿੱਚ ਜੇ ਉਹ ਸੁਪਰੀਮ ਕੋਰਟ ਦੇ ਵਿੱਚ ਐਜ਼ ਏ ਜੱਜ ਆ ਗਿਆ ਤਾਂ ਉਹ 65 ਸਾਲ ਤੱਕ ਸੁਪਰੀਮ ਕੋਰਟ ਦੇ ਵਿੱਚ ਰਹੂਗਾ, ਯਾਨੀ ਕਿ 20 ਸਾਲ ਆਪਦੀ ਸਰਵਿਸ ਨਿਭਾਊਗਾ। ਸੋ ਟਨਿਓਰ ਕੋਈ ਵੀ ਜੱਜ ਦੀ ਫਿਕਸ ਨਹੀਂ, ਮੈਕਸੀਮਮ ਏਜ ਦੱਸਤੀ। ਤੇ ਅਗਲੀ ਗੱਲ, ਉਹ ਜਿਹੜਾ ਸੁਪਰੀਮ ਕੋਰਟ ਦਾ ਜੱਜ ਹੈ ਜਿਹਨੇ ਰਿਜ਼ਾਈਨ ਕਰਨਾ ਹੈ, ਅਸਤੀਫਾ ਦੇਣਾ ਹੈ, ਤਾਂ ਰਾਸ਼ਟਰਪਤੀ ਨੂੰ ਹੋਰ ਰਿਟਨ ਦੇ ਵਿੱਚ ਰਿਜ਼ਾਈਨ ਦਊਗਾ। ਤੇ ਜੇ ਉਹਨੂੰ ਰਿਮੂਵ ਕਰਨਾ ਆਪਣੇ ਆਫਿਸ ਦੇ ਵਿੱਚੋਂ ਤਾਂ ਰਾਸ਼ਟਰਪਤੀ ਹੀ ਉਹਨੂੰ ਰਿਮੂਵ ਕਰੂਗਾ ਔਨ ਦਾ ਰਿਕਮੈਂਡੇਸ਼ਨ ਆਫ ਦਾ ਪਾਰਲੀਮੈਂਟ। ਹੁਣ ਇਹ ਜੱਜਿਸ ਦਾ ਰਿਮੂਵਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਸਚਨ ਹੈਗਾ ਪੇਪਰ ਪੁਆਇੰਟ ਆਫ ਵਿਊ ਲਈ, ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਇੰਪੋਰਟੈਂਟ ਗੱਲ, ਸਭ ਤੋਂ ਪਹਿਲੀ, ਰਾਸ਼ਟਰਪਤੀ ਹੀ ਜੱਜਿਸ ਨੂੰ ਰਿਮੂਵ ਕਰੂਗਾ ਆਫਿਸ ਦੇ ਵਿੱਚ, ਤੇ ਜਿਹੜਾ ਇਹ ਰਿਮੂਵਲ ਮੋਸ਼ਨ ਹੈਗਾ ਇਹ ਪਾਰਲੀਮੈਂਟ ਦੇ ਵਿੱਚ ਅੱਗੇ ਜਾ ਕੇ ਪਾਸ ਹੋਊਗਾ ਕਿਵੇਂ। ਹੁਣ ਇੰਪੋਰਟੈਂਟ ਗੱਲ ਇਹ ਹੈ, ਇੱਥੇ ਜਿਹੜਾ ਇੰਪੀਚਮੈਂਟ ਸ਼ਬਦ ਲਿਖਿਆ ਗਿਆ ਇਹ ਗਲਤ ਹੈਗਾ। ਸੰਵਿਧਾਨ ਦੇ ਵਿੱਚ ਇੰਪੀਚਮੈਂਟ ਸ਼ਬਦ ਜੇ ਕਿਤੇ ਦਾ ਕਿਤੇ ਜ਼ਿਕਰ ਆਉਂਦਾ ਹੈ ਤਾਂ ਸਿਰਫ ਤੇ ਸਿਰਫ ਰਾਸ਼ਟਰਪਤੀ ਦੇ ਲਈ ਹੀ ਇਹ ਸ਼ਬਦ ਵਰਤਿਆ ਗਿਆ, ਚਾਹੇ ਬਾਕੀ ਕੋਈ ਵੀ ਪੋਸਟ ਹੈਗੀ ਉਹਦੇ ਤੋਂ ਜੇ ਕਿਸੇ ਜਿਹੜਾ ਉਸ ਪੋਸਟ ਦਾ ਹੈੱਡ ਹੋਵੇ ਉਹਨੂੰ ਲਾਉਣਾ ਹੋਵੇ ਤਾਂ ਉਹਦੇ ਵਾਸਤੇ ਰਿਮੂਵਲ ਸ਼ਬਦ ਵਰਤਿਆ ਗਿਆ, ਚਾਹੇ ਉਹ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜਿਸ ਹੀ ਕਿਉਂ ਨਾ ਹੋ। ਹੁਣ ਜੱਜਿਸ ਦੇ ਜਿਹੜਾ ਰਿਮੂਵਲ ਦਾ ਪ੍ਰੋਸੈਸ ਉਹਦੇ ਬਾਰੇ ਡਿਸਕਸ ਕਰੀਏ, ਬਹੁਤ ਇੰਪੋਰਟੈਂਟ ਕੁਸਚਨ ਹੈਗਾ ਇਹ। UPSC ਲੈਵਲ ਦਾ ਕੁਸਚਨ ਇੱਥੋਂ ਬਣਦਾ ਤੇ ਆਇਆ ਵੀ ਹੋਇਆ ਕੁਸਚਨ, ਜਦੋਂ ਆਪਾਂ ਇਸ ਬਾਰੇ ਕੁਸਚਨ ਕਰਾਂਗੇ ਇਸ ਟੋਪਿਕ ਜੋ ਤਾਂ ਤੁਹਾਨੂੰ ਖੁਦ ਬਾਏ ਖੁਦ ਪਤਾ ਚੱਲ ਜੂਗਾ। ਤਾਂ ਦੇਖੋ, ਜੱਜਿਸ ਇਨਕੁਆਇਰੀ ਐਕਟ 1968 ਦੇ ਵਿੱਚ ਆਇਆ ਸੀ, ਇਹ
ਜੋ ਕਿ ਜੱਜ ਦੇ ਰਿਮੂਵਲ ਦੇ ਨਾਲ ਗੱਲ ਕਰਦਾ ਹੈ, ਯਾਨੀ ਕਿ ਸੰਵਿਧਾਨ ਦੇ ਵਿੱਚ ਇਹਦਾ ਜ਼ਿਕਰ ਨਹੀਂ ਹੈਗਾ, ਇਸ ਐਕਟ ਦੇ ਵਿੱਚ ਜ਼ਿਕਰ ਕੀਤਾ ਹੋਇਆ ਵੀ ਜੱਜ ਦਾ ਜੇ ਰਿਮੂਵਲ ਕਰਨਾ ਹੈ ਤਾਂ ਉਹਦਾ ਕੀ ਪ੍ਰੋਸੀਜਰ ਹੋਊਗਾ, ਇਹ ਗੱਲ ਤੁਸੀਂ ਯਾਦ ਰੱਖਿਓ, ਇੰਪੋਰਟੈਂਟ ਹੈ। ਹੁਣ ਜਿਹੜਾ ਰਿਮੂਵਲ ਮੋਸ਼ਨ ਕਿਸੇ ਜੱਜ ਦਾ ਪੇਸ਼ ਕਰਨਾ ਹੈ ਪਾਰਲੀਮੈਂਟ ਦੇ ਵਿੱਚ, ਤਾਂ ਸਭ ਤੋਂ ਪਹਿਲਾਂ ਤੁਸੀਂ ਜੇ ਸ਼ੁਰੂ ਕਰਨਾ ਹੈ ਕਿਹੜੇ ਹਾਊਸ ਦੇ ਵਿੱਚ ਕਰੋਗੇ, ਇਹ ਵੀ ਕੁਐਸਚਨ ਹੈ, ਤਾਂ ਕਿਸੇ ਵੀ ਮਰਜ਼ੀ ਹਾਊਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ। ਹਾਂ, ਇੱਕ ਸ਼ਰਤ ਹੈ, ਜੇ ਤੁਸੀਂ ਲੋਕ ਸਭਾ ਦੇ ਵਿੱਚ ਤੁਸੀਂ ਰਿਮੂਵਲ ਮੋਸ਼ਨ ਪੇਸ਼ ਕਰਨਾ ਤਾਂ ਘੱਟੋ ਘੱਟ 100 ਬੰਦਿਆਂ ਦੀ ਤੁਹਾਨੂੰ ਹਾਂ ਚਾਹੀਦੀ ਹੈਗੀ, 100 ਬੰਦਿਆਂ ਦੁਆਰਾ ਉਹ ਮੋਸ਼ਨ ਸਾਈਨ ਹੋਣਾ ਚਾਹੀਦਾ। ਜੇ ਤੁਸੀਂ ਰਾਜ ਸਭਾ ਦੇ ਵਿੱਚ ਪਹਿਲਾਂ ਸ਼ੁਰੂ ਕਰਨਾ ਤਾਂ ਰਾਜ ਸਭਾ ਦੇ ਵਿੱਚ ਘੱਟੋ ਘੱਟ 50 ਬੰਦਿਆਂ ਦਾ, ਜਿਹੜੇ 50 MP ਰਾਜ ਸਭਾ ਦੇ ਨੇ, ਉਹਨਾਂ ਦੁਆਰਾ ਉਹ ਮੋਸ਼ਨ ਸਾਈਨ ਹੋਣਾ ਚਾਹੀਦਾ। ਤੇ ਅੱਗੇ ਫਿਰ ਮੋਸ਼ਨ ਸਪੀਕਰ ਸਾਹਿਬ ਤੇ ਲੋਕ ਸਭਾ ਦੇ ਸ਼ੁਰੂ ਕੀਤਾ ਸਪੀਕਰ ਸਾਹਿਬ ਕੋਲ ਜਾਊਗਾ, ਜੇ ਰਾਜ ਸਭਾ ਦੇ ਵਿੱਚ ਸ਼ੁਰੂ ਕੀਤਾ ਤਾਂ ਚੇਅਰਮੈਨ ਸਾਹਿਬ ਕੋਲ ਜਾਊਗਾ, ਯਾਨੀ ਕਿ ਦੇਸ਼ ਦੇ ਵਾਈਸ ਪ੍ਰੈਜੀਡੈਂਟ ਕੋਲ ਜਾਊਗਾ। ਹੁਣ ਇੱਥੇ ਬਹੁਤ ਇੰਪੋਰਟੈਂਟ ਗੱਲ ਹੈ, ਸੁਪਰ ਇੰਪੋਰਟੈਂਟ ਹੈ, ਇੱਥੇ ਸਪੀਕਰ ਦੀ ਤੁਸੀਂ ਪਾਵਰ ਦੇਖੋ। ਸਪੀਕਰ ਇਸ ਮੋਸ਼ਨ ਨੂੰ ਐਡਮਿਟ ਕਰ ਵੀ ਸਕਦਾ ਤੇ ਇਹਨੂੰ ਰਿਫਿਊਜ਼ ਵੀ ਕਰ ਸਕਦਾ, ਯਾਨੀ ਕਿ ਜੇ ਇਹ ਮੋਸ਼ਨ ਫਰਜ਼ ਕਰੋ ਜੱਜ ਨੂੰ ਰਿਮੂਵ ਕਰਨ ਦਾ ਮੋਸ਼ਨ, 100 ਬੰਦੇ ਲੋਕ ਸਭਾ ਦੇ ਜਿਹੜੇ 100 ਮੈਂਬਰ ਨੇ ਉਹਨਾਂ ਨੇ ਸਾਈਨ ਕਰ ਵੀ ਦਿੱਤੇ, ਉਸ ਤੋਂ ਬਾਅਦ ਜੇ ਉਹ ਮੋਸ਼ਨ ਸਪੀਕਰ ਕੋਲ ਵਗ ਗਿਆ ਤੇ ਇੱਕ ਵਾਰ ਸਪੀਕਰ ਨੇ ਰਿਫਿਊਜ਼ ਕਰਤਾ ਵੀ ਯਾਰ ਮੈਂ ਨਹੀਂ ਕਰਦਾ, ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ। ਸਪੀਕਰ ਦੀ ਇੰਨੀ ਪਾਵਰ ਹੈ ਕਿ ਜੇ ਇੱਕ ਵਾਰ ਉਹਨੇ ਰਿਫਿਊਜ਼ ਕਰਤਾ ਇਸ ਮੋਸ਼ਨ ਨੂੰ ਐਡਮਿਟ ਕਰਨ ਤੋਂ ਤਾਂ ਉਹ ਮੋਸ਼ਨ ਉੱਥੇ ਹੀ ਖਤਮ। ਜੇ ਰਾਜ ਸਭਾ ਵਿੱਚ ਚੇਅਰਮੈਨ ਨੇ ਐਡਮਿਟ ਉਹ ਕਰਤਾ ਖਾਰਜ ਕਰਤਾ ਤਾਂ ਉਹ ਉੱਥੇ ਹੀ ਖਤਮ। ਤੇ ਅੱਛਾ, ਜੇ ਉਹਨੂੰ ਮੋਸ਼ਨ ਐਕਸੈਪਟ ਕਰ ਲਿਆ ਸਪੀਕਰ ਜਾਂ ਚੇਅਰਮੈਨ ਸਾਹਿਬ ਨੇ, ਤਾਂ ਫਿਰ ਸਪੀਕਰ ਜਾਂ ਚੇਅਰਮੈਨ ਸਾਹਿਬ ਕੀ ਕਰਨਗੇ, ਉਹ ਇੱਕ 3 ਮੈਂਬਰੀ ਕਮੇਟੀ ਬਿਠਾਉਣਗੇ ਉਸ ਜੱਜ ਦੇ ਉੱਪਰ ਜਿਹੜੇ ਚਾਰਜਿਸ ਨੇਗੇ, ਉਹਨੂੰ ਦੇਖਣਗੇ ਵੀ ਇਹ ਜੱਜ ਦੇ ਉੱਪਰ ਕੀ ਗਿਲਟੀ ਹੈਗਾ ਜਾਂ ਨਹੀਂ। ਤੇ ਇੰਪੋਰਟੈਂਟ ਗੱਲ ਇਹ ਹੈ, ਜਿਹੜੇ ਸੁਪਰੀਮ ਕੋਰਟ ਦੇ ਜੱਜਿਸ ਨੇ ਉਹਨਾਂ ਨੂੰ ਰਿਮੂਵ ਕਿਹੜੇ ਗਰਾਊਂਡ ਦੇ ਉੱਪਰ ਕੀਤਾ ਜਾ ਸਕਦਾ, ਤਾਂ 2 ਗਰਾਊਂਡ ਨੇ ਸਿਰਫ ਜਿਹੜੇ ਸੰਵਿਧਾਨ ਦੇ ਵਿੱਚ ਦਿੱਤੇ ਹੋਏ ਨੇ, ਇੱਕ ਤਾਂ ਹੈਗਾ ਪ੍ਰੋਵਡ ਮਿਸਬਿਹੇਵੀਅਰ ਜਾਂ ਦੂਸਰਾ ਉਹ ਜੱਜ ਦੀ ਇਨਕਪੈਸਿਟੀ ਦੇ ਵਿੱਚ ਹੋਵੇ, ਇਹਨਾਂ 2 ਗਰਾਊਂਡ ਦੇ ਉੱਪਰ ਜੱਜ ਨੂੰ ਰਿਮੂਵ ਕੀਤਾ ਜਾਂਦਾ। ਅੱਛਾ, ਸਪੀਕਰ ਸਾਹਿਬ ਚੇਅਰਮੈਨ ਸਾਹਿਬ ਕਮੇਟੀ ਬਿਠਾਉਣਗੇ 3 ਮੈਂਬਰੀ, ਉਹ ਆਪਾਂ ਪੜ੍ਹ ਲਿਆ। ਉਹ ਕਮੇਟੀ ਦੇ ਮੈਂਬਰ ਬਹੁਤ ਇੰਪੋਰਟੈਂਟ ਨੇ, ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਕਿਹੜੇ ਕਿਹੜੇ। ਸਭ ਤੋਂ ਪਹਿਲਾ ਮੈਂਬਰ ਹੈ ਜੀ ਚੀਫ ਜਸਟਿਸ ਭਾਰਤ ਦਾ ਜਾਂ ਸੁਪਰੀਮ ਕੋਰਟ ਦਾ ਜੱਜ, ਦੋਹਾਂ ਚ ਕੋਈ ਵੀ ਹੋਵੇ। ਦੂਸਰਾ, ਕਿਸੇ ਵੀ ਹਾਈ ਕੋਰਟ ਦਾ ਚੀਫ ਜਸਟਿਸ ਹੋਣਾ ਚਾਹੀਦਾ, ਸਿਰਫ ਤੇ ਸਿਰਫ ਚੀਫ ਜਸਟਿਸ ਹੀ ਹੋਵੇ। ਤੀਸਰਾ, ਡਿਸਟਿੰਗੁਇਸ਼ਡ ਜੂਰਿਸਟ, ਇਹ 3 ਬੰਦੇ ਹੋਣੇ ਚਾਹੀਦੇ ਨੇ। ਕਮੇਟੀ ਯਾਦ ਰੱਖੋ ਕਿਹੜੇ ਕਿਹੜੇ ਮੈਂਬਰ ਨੇ ਇਸ ਕਮੇਟੀ ਦੇ, ਜੋ ਕਿ ਡਿਸਾਈਡ ਕਰ, ਜੋ ਕਿ ਲੱਭਦੇ ਨੇ ਵੀ ਉਹ ਬੰਦਾ ਉਹ ਜੱਜ ਗਿਲਟੀ ਹੈਗਾ ਵੀ ਹੈ ਜਾਂ ਨਹੀਂ। ਅੱਛਾ, ਜੋ ਕਮੇਟੀ ਨੇ ਕਹਿ ਤਾ ਵੀ ਜੱਜ ਭਾਈ ਗਿਲਟੀ ਹੈਗਾ, ਬੰਦਾ ਮਿਸਬਿਹੇਵੀਅਰ ਕਰੇਗਾ, ਤੇ ਫਿਰ ਉਹ ਮੋਸ਼ਨ ਪਾਰਲੀਮੈਂਟ ਦੁਆਰਾ ਪਾਸ ਹੋ ਜੂਗਾ, ਪਾਰਲੀਮੈਂਟ ਦੇ 2 ਹਾਊਸਿਸ ਦੁਆਰਾ, ਕਿਹੜੀ ਮੈਜੋਰਿਟੀ ਦੇ ਨਾਲ, ਸਪੈਸ਼ਲ ਮੈਜੋਰਿਟੀ। ਇੱਥੇ ਜੱਜ ਨੂੰ ਰਿਮੂਵ ਕਰਨਾ ਕੋਈ ਹਾਸੀ ਖੇਡ ਨਹੀਂ ਹੈਗੀ, ਬਹੁਤ ਕੁੱਤਖਾਨੇ ਨੇ, ਠੀਕ ਹੈ। ਤੇ ਇਹ ਦੇਖੋ, ਹੁਣ ਮੋਸ਼ਨ ਪਾਸ ਹੋ ਗਿਆ, ਕਮੇਟੀ ਨੇ ਗਿਲਟੀ ਵੀ ਡਿਸਾਈਡ ਕਰ ਲਿਆ, ਫਿਰ ਪਾਰਲੀਮੈਂਟ ਦੇ ਵਿੱਚ ਮਤਾ ਪਾਸ ਹੋਊਗਾ, ਉਹ ਮਤਾ ਸਪੈਸ਼ਲ ਮੈਜੋਰਿਟੀ ਯਾਨੀ ਕਿ 2/3 ਮੈਜੋਰਿਟੀ ਦੇ ਨਾਲ ਪਾਸ ਹੋਊਗਾ। ਫਿਰ ਅੱਗੇ ਉਹ ਮਤਾ ਰਾਸ਼ਟਰਪਤੀ ਕੋਲ ਜਾਊਗਾ, ਤੇ ਰਾਸ਼ਟਰਪਤੀ ਉਸ ਜੱਜ ਨੂੰ ਰਿਮੂਵ ਕਰ ਦੂਗਾ। ਕੋਈ ਹਾਸੀ ਖੇਡ ਨਹੀਂ ਹੈਗੀ, ਜੱਜ ਨੂੰ ਰਿਮੂਵ ਕਰਨਾ, ਕਿਸੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜ ਨੂੰ ਰਿਮੂਵ ਕਰਨਾ ਕੋਈ ਵੀ ਹਾਸੀ ਖੇਡ ਨਹੀਂ ਹੈਗੀ, ਠੀਕ ਹੈ, ਇੱਥੋਂ ਤੁਹਾਨੂੰ ਪਤਾ ਲੱਗਿਆ। ਹੁਣ ਫਿਲਹਾਲ ਦੀ ਘੜੀ ਕੋਈ ਵੀ ਸੁਪਰੀਮ ਕੋਰਟ ਦਾ ਜੱਜ ਨੂੰ ਅੱਜ ਤੱਕ ਰਿਮੂਵ ਨਹੀਂ ਕੀਤਾ ਗਿਆ। ਹਾਂ, 1991 ਦੇ ਦੌਰਾਨ ਜਸਟਿਸ ਵੀ ਰਾਮਾ ਸਵਾਮੀ ਸੀਗੇ ਸੁਪਰੀਮ ਕੋਰਟ ਦੇ ਜੱਜ, ਇਹਨਾਂ ਦੇ ਖਿਲਾਫ ਮਤਾ ਪਾਸ ਹੋਇਆ ਸੀਗਾ ਮਿਸਬਿਹੇਵੀਅਰ ਲੈ ਕੇ। ਜਿਹੜੀ ਇਨਕੁਆਇਰੀ ਕਮੇਟੀ ਬੈਠੀ ਸੀਗੀ ਆਹ ਵਾਲੀ, ਠੀਕ ਹੈ, ਇਹਨੇ ਗਿਲਟੀ ਵੀ ਪਾ ਲਿਆ ਸੀਗਾ ਜੱਜ ਨੂੰ, ਬਟ ਜਿਹੜੀ ਪਾਰਲੀਮੈਂਟ ਦੇ ਵਿੱਚ ਖਾਸ ਕਰਕੇ ਲੋਕ ਸਭਾ ਦੇ ਵਿੱਚ ਜਿਹੜਾ ਇਹ ਮੋਸ਼ਨ ਸੀਗਾ ਇਹ ਡਿਫੀਟ ਹੋ ਗਿਆ ਸੀਗਾ, ਮੋਸ਼ਨ ਪਾਸ ਨਹੀਂ ਹੋ ਸਕਿਆ ਸੀਗਾ। ਸੋ ਜਸਟਿਸ ਵੀ ਰਾਮਾਸਵਾਮੀ ਬਚ ਗਏ ਸੀਗੇ ਰਿਮੂਵ ਹੋਣ ਤੋਂ। ਅੱਗੇ ਗੱਲ ਕਰਦਾ ਇਹਨਾਂ ਦੀ ਸੈਲਰੀਜ਼, ਇਹਨਾਂ ਦੀ ਤਨਖਾਹਾਂ, ਇਹਨਾਂ ਨੂੰ ਅਲਾਊਂਸ ਮਿਲਦੇ, ਜਿਹੜੇ ਹਾਊਸ ਅਲਾਊਂਸ, ਠੀਕ ਹੈ, ਰਹਿਣ ਸਹਿਣ ਦੇ ਲੱਲੇ ਭੱਬੇ ਖਰਚੇ, ਟਰੈਵਲ ਅਲਾਊਂਸ, ਠੀਕ ਹੈ, TADA ਲੱਲੇ ਭੱਬੇ, ਇਹ ਹੋ ਗਿਆ ਲੀਵ, ਪੈਨਸ਼ਨ ਸੁਪਰੀਮ ਕੋਰਟ ਦੇ ਜੱਜਿਸ ਦੀ। ਉਹ ਡੈਟਰਮਾਈਨ ਕਿਹਦੇ ਦੁਆਰਾ ਕੀਤੀ ਜਾਂਦੀ ਹੈ? ਉਹ ਡੈਟਰਮਾਈਨ ਕੀਤੀ ਜਾਂਦੀ ਜੀ ਪਾਰਲੀਮੈਂਟ ਦੁਆਰਾ, ਇੰਪੋਰਟੈਂਟ ਗੱਲ ਹੈਗੀ। ਤੇ ਇਹਨਾਂ ਦੀ ਸੈਲਰੀਜ਼ ਤਨਖਾਹਾਂ ਚਾਰਜ ਕੀਤੀਆਂ ਜਾਂਦੀਆਂ ਨੇ ਕੰਸੋਲੀਡੇਟਿਡ ਫੰਡ ਆਫ ਇੰਡੀਆ ਦੇ ਵਿੱਚੋਂ, ਤੇ ਇਹ ਡਿਸਐਡਵਾਂਟੇਜ ਦੇ ਲਈ ਵੇਰੀ ਨਹੀਂ ਹੁੰਦੀਆਂ, ਯਾਨੀ ਕਿ ਇਹਨਾਂ ਦੀ ਤਨਖਾਹਾਂ ਘਟਾਈਆਂ ਨਹੀਂ ਜਾ ਸਕਦੀਆਂ। ਹਾਂ, ਜਦੋਂ ਸਿਰਫ ਦੇਸ਼ ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਲੱਗੀ ਹੋਵੇ ਉਦੋਂ ਇਹਨਾਂ ਦੀ ਤਨਖਾਹਾਂ ਜੱਜਿਸ ਦੀਆਂ ਘਟਾਈਆਂ ਜਾ ਸਕਦੀਆਂ ਨੇ। ਇਹ ਗੱਲ ਮੈਂ ਤੁਹਾਨੂੰ ਪੜ੍ਹਾ ਚੁੱਕਿਆ ਆਲਰੇਡੀ। ਕੁਸਚਨ, ਚਲੋ ਦੱਸੋ ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਹੈ ਤੇ ਜੱਜ, ਇਹਨਾਂ ਦੋਵਾਂ ਦੀ ਤਨਖਾਹ ਇਸ ਸਮੇਂ ਕਿੰਨੀ ਹੈ? ਕਮੈਂਟ ਬਹੁਤ ਵਿੱਚ ਦੱਸੋ। ਅੱਗੇ ਗੱਲ ਕਰਦੇ ਐਕਟਿਵ ਚੀਫ ਜਸਟਿਸ ਦੀ, ਇਹਦਾ ਜ਼ਿਕਰ ਹੈ ਜੀ ਆਰਟੀਕਲ 126 ਦੇ ਵਿੱਚ। ਐਕਟਿੰਗ ਚੀਫ ਜਸਟਿਸ, ਇਹਨੂੰ ਪਹਿਲੀ ਗੱਲ ਅਪੁਆਇੰਟ ਕੌਣ ਕਰੂਗਾ? ਇਹੀ ਕੁਸਚਨ ਬਣ ਜਾਂਦਾ ਐਕਟਿੰਗ ਚੀਫ ਜਸਟਿਸ, ਐਡਹੋਕ ਜੱਜਿਸ, ਰਿਟਾਇਰਡ ਜੱਜ, ਇਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਲਿਆਉਣਾ ਹੈ ਤਾਂ ਉਹਨਾਂ ਨੂੰ ਕੌਣ ਲਿਆਊਗਾ? ਇਹੀ ਕੁਸਚਨ ਬਣ ਜਾਂਦਾ, ਠੀਕ ਹੈ। ਜੇ ਤੁਸੀਂ ਇੰਨਾ ਹੀ ਪੜ੍ਹ ਲਓ ਤਾਂ ਬਹੁਤ ਸਫੀਸ਼ੀਐਂਟ ਹੈਗਾ। ਤਾਂ ਦੇਖੋ, ਰਾਸ਼ਟਰਪਤੀ ਹੈਗਾ ਜਿਹੜਾ ਉਹ ਸੁਪਰੀਮ ਕੋਰਟ ਦੇ ਜੱਜ ਨੂੰ ਐਕਟਿੰਗ ਚੀਫ ਜਸਟਿਸ ਅਪੁਆਇੰਟ ਕਰ ਸਕਦਾ ਹੈਗਾ, ਕਦੋਂ? ਜਦੋਂ ਜਿਹੜਾ ਚੀਫ ਜਸਟਿਸ ਹੈ ਉਹਦੀ ਸੀਟ ਖਾਲੀ ਹੋਵੇ, ਦੂਸਰਾ ਉਹ ਟੈਂਪਰੇਰੀ ਐਬਸੈਂਟ ਹੋਵੇ ਚੀਫ ਜਸਟਿਸ, ਤੀਸਰਾ ਜਾਂ ਉਹ ਜਿਹੜਾ ਚੀਫ ਜਸਟਿਸ ਹੈ
ਆਪਦੀ ਡਿਊਟੀ ਪਰਫੋਰਮ ਨਾ ਕਰ ਸਕੇ, ਅਨੇਬਲ ਟੂ ਪਰਫੋਰਮ ਹਿਜ਼ ਡਿਊਟੀ, ਤਾਂ ਉਦੋਂ ਜਿਹੜਾ ਦੇਸ਼ ਦਾ ਰਾਸ਼ਟਰਪਤੀ ਹੈ ਉਹ ਸੁਪਰੀਮ ਕੋਰਟ ਦੇ ਕਿਸੇ ਵੀ ਜੱਜ ਨੂੰ ਐਕਟਿੰਗ ਚੀਫ ਜਸਟਿਸ ਅਪੁਆਇੰਟ ਕਰ ਸਕਦਾ। ਅੱਗੇ ਐਡਹੋਕ ਜੱਜਿਸ ਆਰਟੀਕਲ 127 ਦੇ ਤਹਿਤ ਇਹਨੂੰ ਪੜ੍ਹ ਲਿਆ, ਤਾਂ ਦੇਖੋ ਜਦੋਂ ਸੁਪਰੀਮ ਕੋਰਟ ਦੇ ਵਿੱਚ ਕੁਆਰਮ ਘੱਟ ਜੇ, ਜੱਜਾਂ ਦੀ ਗਿਣਤੀ ਘੱਟ ਜੇ, ਤਾਂ ਉਦੋਂ ਕੀ ਹੋ ਸਕਦਾ, ਜਿਹੜਾ ਸੁਪਰੀਮ ਕੋਰਟ ਦਾ ਚੀਫ ਜਸਟਿਸ ਹੈ, ਯਾਨੀ ਕਿ ਭਾਰਤ ਦਾ ਚੀਫ ਜਸਟਿਸ ਆਫ ਇੰਡੀਆ, ਉਹ ਕਿਸੇ ਵੀ ਹਾਈ ਕੋਰਟ ਦੇ ਵਿੱਚ ਜਿਹੜੇ ਐਡਹੋਕ ਜੱਜ ਨੇ ਉਹ ਸੁਪਰੀਮ ਕੋਰਟ ਦੇ ਵਿੱਚ ਟੈਂਪਰੇਰੀ ਪੀਰੀਅਡ ਦੇ ਵਾਸਤੇ ਅਪੁਆਇੰਟ ਕਰ ਸਕਦਾ। ਬਟ ਇੱਥੇ ਇੱਕ ਕੰਡੀਸ਼ਨ ਹੈ, ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਹੈ ਉਹਨੂੰ ਇੱਥੇ ਕੰਸਲਟੇਸ਼ਨ ਕਰਨੀ ਪਊਗੀ। ਕਿਹਦੇ ਨਾਲ? ਉਹ ਕੰਸਲਟ ਕਰੂਗਾ ਜਿਹੜਾ ਉਸ ਕੰਸਰਨਡ ਹਾਈ ਕੋਰਟ ਦਾ ਚੀਫ ਜਸਟਿਸ ਹੈ, ਜਿਹੜੀ ਹਾਈ ਕੋਰਟ ਦੇ ਵਿੱਚ ਐਡਹੋਕ ਜੱਜ ਲਿਆ ਜਾਣਾ, ਤੇ ਨਾਲ ਦੀ ਨਾਲ ਜਿਹੜਾ ਰਾਸ਼ਟਰਪਤੀ ਹੈ ਉਹਦੀ ਕੰਸੈਂਟ ਜ਼ਰੂਰੀ ਹੈਗੀ, ਫਿਰ ਉਹ ਬੰਦਾ ਐਡਹੋਕ ਜੱਜ ਅਪੁਆਇੰਟ ਹੋ ਸਕਦਾ ਹੈਗਾ ਸੁਪਰੀਮ ਕੋਰਟ ਦੇ ਵਿੱਚ ਟੈਂਪਰੇਰੀ ਬੇਸਿਸ ਦੇ ਉੱਪਰ। ਤੇ ਜਿਹੜਾ ਜੱਜ ਐਡਹੋਕ ਜੱਜ ਅਪੁਆਇੰਟ ਹੋਊਗਾ ਸੁਪਰੀਮ ਕੋਰਟ ਦੇ ਵਿੱਚ, ਉਹਦੀ ਤਨਖਾਹ, ਉਹਨੂੰ ਸਾਰੇ ਪ੍ਰਿਵਿਲੇਜਿਸ ਉਨੇ ਹੀ ਮਿਲਣਗੇ ਜਿੰਨੇ ਕਿਸੇ ਸੁਪਰੀਮ ਕੋਰਟ ਦੇ ਜੱਜ ਨੂੰ ਮਿਲਦੇ ਨੇਗੇ। ਇੰਪੋਰਟੈਂਟ ਗੱਲ ਹੈਗੀ, ਇੰਪੋਰਟੈਂਟ ਗੱਲ ਇਹ ਵੀ ਹੈ, ਜਿਹੜਾ ਬੰਦਾ ਸੁਪਰੀਮ ਕੋਰਟ ਦੇ ਵਿੱਚ ਐਜ਼ ਏ ਐਡਹੋਕ ਜੱਜ ਜਾਊਗਾ, ਉਹ ਇਹ ਨਹੀਂ ਹੈਗਾ ਵੀ ਮਰਜ਼ੀ ਹੈ ਚੀਫ ਜਸਟਿਸ ਦੀ, ਜਿਹਨੂੰ ਮਰਜ਼ੀ ਐਡਹੋਕ ਜੱਜ ਅਪੁਆਇੰਟ ਕਰਦੇ, ਬਿਲਕੁਲ ਵੀ ਨਹੀਂ। ਉਹ ਜੱਜ ਬਣਨ ਦੇ ਲਈ ਕੁਆਲੀਫਾਈਡ ਹੋਣਾ ਚਾਹੀਦਾ। ਕਿਵੇਂ? ਆਹ ਜਿਹੜੇ ਕ੍ਰਾਈਟੇਰੀਆ ਤੁਹਾਨੂੰ ਮੈਂ ਦੱਸੇ ਨੇਗੇ ਪਿੱਛੇ, ਵੀ ਆਹ ਜੇ ਇਹ ਫੁਲਫਿਲ ਹੁੰਦੇ ਨੇ ਕਿਸੇ ਬੰਦੇ ਦੇ, ਤਾਂ ਹੀ ਉਹ ਬੰਦੇ ਨੂੰ ਐਡਹੋਕ ਜੱਜ ਅਪੁਆਇੰਟ ਕੀਤਾ ਜਾ ਸਕਦਾ ਹੈਗਾ ਸੁਪਰੀਮ ਕੋਰਟ ਦੇ ਵਿੱਚ। ਅੱਗੇ ਆ ਗਏ ਰਿਟਾਇਰਡ ਜੱਜ। ਦੇਖੋ ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਹੈ ਉਹ ਰਿਕੁਐਸਟ ਕਰ ਸਕਦਾ ਕਿਸੇ ਰਿਟਾਇਰਡ ਜੱਜ ਨੂੰ, ਵੀ ਬੇਨਤੀ ਹੈ ਜੀ ਥੋੜ੍ਹੇ ਕੁ ਸਮੇਂ ਵਾਸਤੇ ਆ ਜਾਓ, ਵੀ ਕੰਮ ਇੱਥੇ ਜ਼ਿਆਦਾ ਹੈਗਾ ਸਾਡੀ ਮਾੜੀ ਜੀ, ਤੁਸੀਂ ਇੱਥੇ ਜਾ ਕੇ ਸੇਵਾ ਨਿਭਾ ਜਾਓ। ਤੇ ਇੱਥੇ ਉਸ ਜਿਹੜਾ ਚੀਫ ਜਸਟਿਸ ਰਿਟਾਇਰਡ ਜੱਜ ਨੂੰ ਅਪੁਆਇੰਟ ਕਰੂਗਾ ਹਾਈ ਕੋਰਟ ਦੇ ਨੂੰ ਜਾਂ ਸੁਪਰੀਮ ਕੋਰਟ ਦੇ ਨੂੰ ਸੁਪਰੀਮ ਕੋਰਟ ਦੇ ਵਿੱਚ ਟੈਂਪਰੇਰੀ ਬੇਸਿਸ ਦੇ ਉੱਪਰ, ਤਾਂ ਉਹਦੇ ਲਈ ਉਹਨੂੰ ਇੱਕ ਕੰਡੀਸ਼ਨ ਲਾਤੀ। ਕੰਡੀਸ਼ਨ ਇਹ ਹੈਗੀ ਵੀ ਉਹਨੂੰ ਸਭ ਤੋਂ ਪਹਿਲਾਂ ਰਾਸ਼ਟਰਪਤੀ ਦਾ ਕੰਸੈਂਟ ਚਾਹੀਦਾ, ਤੇ ਉਸ ਤੋਂ ਬਾਅਦ ਜਿਹੜੇ ਬੰਦੇ ਜਿਹੜੇ ਰਿਟਾਇਰਡ ਜੱਜ ਨੂੰ ਅਪੁਆਇੰਟ ਕਰਨਾ ਉਹਦੀ ਵੀ ਮਨਜ਼ੂਰੀ ਚਾਹੀਦੀ ਹੈ। ਜੇ ਉਹ ਬੰਦਾ ਕਹਿੰਦਾ ਯਾਰ ਮੈਂ ਤਾਂ ਸਾਰੀ ਉਮਰ ਨੌਕਰੀ ਕਰ ਲਈ, ਮੇਰਾ ਨਹੀਂ ਜੀ ਕਰਦਾ, ਠੀਕ ਹੈ, ਤਾਂ ਕੋਈ ਚੱਕਰ ਨਹੀਂ, ਕਿਸੇ ਹੋਰ ਨੂੰ ਪੁੱਛ ਲਊਗਾ, ਉਹ ਬੰਦੇ ਦਾ ਜਿਹੜਾ ਕੰਸੈਂਟ ਆ ਉਹ ਵੀ ਜ਼ਰੂਰੀ ਹੈਗਾ। ਤੇ ਬਾਕੀ ਗੱਲ ਜਿਹੜੇ ਰਿਟਾਇਰਡ ਜੱਜ ਨੂੰ ਅਪੁਆਇੰਟ ਕੀਤਾ ਹੋਊਗਾ ਉਹਦੇ ਸਾਰੇ ਸੈਲਰੀ ਅਲਾਉਂਸ ਉਹ ਸਾਰੇ ਉਨੇ ਹੀ ਹੋਣਗੇ ਜਿੰਨੇ ਕਿਸੇ ਜੱਜ ਨੂੰ ਮਿਲਦੇ। ਲਾਸਟ ਦੇ ਵਿੱਚ ਆਪਾਂ ਗੱਲ ਕਰਦੇ ਸੁਪਰੀਮ ਕੋਰਟ ਦੀ ਸੀਟ ਨੂੰ ਲੈ ਕੇ, ਆਰਟੀਕਲ 130 ਪੜ੍ਹਦੇ ਹਾਂ। ਦੇਖੋ ਸੰਵਿਧਾਨ ਨੇ ਜਿਹੜਾ ਦਿੱਲੀ ਹੈ ਉਹ ਡਿਕਲੇਅਰ ਕੀਤਾ ਹੈ ਸੁਪਰੀਮ ਕੋਰਟ ਦੀ ਸੀਟ ਦਿੱਲੀ ਵਿਖੇ ਹੋਊਗੀ। ਬਟ ਇੰਪੋਰਟੈਂਟ ਗੱਲ, ਇੱਥੇ ਕੁਸਚਨ ਆਇਆ ਹੈ ਇੱਕ ਵਾਰ ਵੀ ਜਿਹੜਾ ਚੀਫ ਜਸਟਿਸ ਹੈਗਾ ਇੰਡੀਆ ਦਾ ਉਹ ਕਿਸੇ ਹੋਰ ਜਗ੍ਹਾ ਨੂੰ ਵੀ ਸੁਪਰੀਮ ਕੋਰਟ ਦੀ ਸੀਟ ਅਪੁਆਇੰਟ ਕਰ ਸਕਦਾ, ਬਟ ਇਹਦੇ ਲਈ ਉਹਨੂੰ ਰਾਸ਼ਟਰਪਤੀ ਦੀ ਅਪਰੂਵਲ ਚਾਹੀਦੀ ਹੈਗੀ। ਸੋ ਇਹ ਸੀ ਆਪਣਾ ਸੁਪਰੀਮ ਕੋਰਟ ਨੂੰ ਲੈ ਕੇ ਪਹਿਲਾ ਲੈਕਚਰ। ਕੱਲ੍ਹ ਨੂੰ ਤੁਹਾਨੂੰ ਦੂਸਰੀ ਵੀਡੀਓ ਮਿਲ ਜੂਗੀ ਚੀਫ ਜਸਟਿਸ ਦੀ ਅਪੁਆਇੰਟਮੈਂਟ ਲੈ ਕੇ, ਤੇ ਕੱਲ੍ਹ ਨੂੰ ਹੀ ਸ਼ਾਇਦ ਤੁਹਾਨੂੰ ਤੀਸਰੀ ਵੀਡੀਓ ਵੀ ਮਿਲ ਜੂਗੀ ਸੁਪਰੀਮ ਕੋਰਟ ਦੇ ਜਿਹੜਾ ਬਾਕੀ ਟੌਪਿਕ ਰਹਿ ਗਏ। ਮੇ ਬੀ ਮੋਸਟ ਪ੍ਰੋਬੇਬਲੀ ਕੱਲ੍ਹ ਨੂੰ ਆਪਣਾ ਜਿਹੜਾ ਸੁਪਰੀਮ ਕੋਰਟ ਵਾਲਾ ਚੈਪਟਰ ਹੈ ਇਹ ਕੰਪਲੀਟ ਹੋ ਜੂਗਾ, ਫਿਰ ਪਰਸੋਂ ਨੂੰ ਆਪਾਂ ਕੋਸ਼ਿਸ਼ ਕਰਾਂਗੇ ਹਾਈ ਕੋਰਟ ਵਾਲਾ ਜਿਹੜਾ ਚੈਪਟਰ ਹੈ ਉਹਨੂੰ ਕੰਪਲੀਟ ਕਰਨ ਦੀ, ਤੇ ਫਿਰ ਆਪਾਂ ਦੇਖਾਂਗੇ ਜਿਹੜਾ ਸਬਆਰਡੀਨੇਟ ਕੋਰਟ ਵਾਲਾ ਜਿਹੜਾ ਹੋਏਗਾ ਉਹਨੂੰ ਖਤਮ ਕਰਾਂਗੇ, ਤੇ ਕੋਸ਼ਿਸ਼ ਹੋਊਗੀ ਵੀ ਇਸ ਹਫ਼ਤੇ ਆਪਣਾ ਜਿਹੜਾ ਇਹ ਜੁਡੀਸ਼ਰੀ ਵਾਲਾ ਟੌਪਿਕ ਹੈ ਇਹ ਖਤਮ ਹੋ ਜਾਵੇ। ਧੰਨਵਾਦ।